ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਸਭ ਨਾਲ ਹਰਸ਼ਰਨ ਕੌਰ ਮਨੁੱਖੀ ਹੱਕਾਂ ਦੇ ਵੱਡੇ ਅਲੰਬਰਦਾਰ ਸਿਰਫ ਪੰਜਾਬ ਦੇ ਹੀ ਨਹੀਂ ਮਨੁੱਖੀ ਹੱਕ ਸਾਰਿਆਂ ਦੇ ਸਾਂਝੇ ਹੁੰਦੇ ਨੇ ਵਿਸ਼ੇ ਪੱਧਰ ਤੇ ਅਸੀਂ ਜੇ ਕਹਿ ਲਈਏ ਮਨੁੱਖੀ ਹੱਕਾਂ ਦੇ ਦਾਇਰੇ ਦੇ ਵਿੱਚ ਇੱਕ ਵੱਡਾ ਨਾ ਆਉਂਦਾ ਭਾਈ ਜਸਵੰਤ ਸਿੰਘ ਖਾਲੜਾ ਦਾ ਅੱਜ ਸਾਡੇ ਨਾਲ ਮੌਜੂਦ ਨੇ ਬੀਬੀ ਪਰਮਜੀਤ ਕੌਰ ਖਾਲੜਾ ਬੀਬੀ ਜੀ ਬਹੁਤ-ਬਹੁਤ ਸਵਾਗਤ ਹੈ ਮੋਗਾ ਤਾਂ ਜੀ ਮੈਂ ਹਮੇਸ਼ਾ ਇਹ ਹੀ ਕਹਿੰਦੀ ਆ ਕਿ ਜਿਹੜਾ ਹਿਊਮਨ ਰਾਈਟਸ ਦਾ ਮੁੱਦਾ ਇਹ ਨਾ ਇਹ ਵਰਲਡ ਵਾਈਡ ਮੁੱਦਾ ਹੈ ਤੇ ਜਿਹੜੀ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੈ ਨਾ ਠੀਕ ਹੈ ਕੁਝ ਪੀਰੀਅਡ ਸੀਗਾ ਪੰਜਾਬ ਦੇ ਵਿੱਚ ਇੰਨੀ ਵਾਇਓਲੇਸ਼ਨ ਹੋਈ ਜਿੱਥੋਂ ਕਹਾਣੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਲਾ ਵਾਰਸ਼ ਲਾਸ਼ਾਂ ਦਾ ਸੱਚ ਇਸ ਘਰ ਤੋਂ ਸ਼ੁਰੂ ਹੋਇਆ ਇਹ ਸ਼ਬਦ ਦੀ ਕ੍ਰिएशन ਹੀ ਜਸਵੰਤ ਸਿੰਘ ਖਾਲੜਾ ਨੇ ਉਹਨਾਂ ਦੇ ਸ਼ਮਸ਼ਾਨ ਘਾਟਾਂ ਵਾਲੇ ਰਜਿਸਟਰਸ ਨੂੰ ਕੱਢ ਕੇ ਕੀਤੇ ਤੇ ਇਹ ਮਤਲਬ ਇੰਨਾ ਉਸ ਵੇਲੇ ਦਾ ਨਰਸੰਗਾਰ ਸੀ ਮੈਂ ਕਹਿੰਨੀ ਆ ਬਿਲਕੁਲ ਤੇ ਉਹਨੂੰ ਜਸਵੰਤ ਸਿੰਘ ਖਾਲੜਾ ਨੇ ਜਦੋਂ ਪਬਲਿਕਲੀ ਮੀਡੀਆ ਦੇ ਵਿੱਚ ਲੈੰਦਾ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਇਸ ਉਹਨਾਂ ਦੀਆਂ ਪਾਰਲੀਮੈਂਟਾਂ ਵਿੱਚ ਗੱਲ ਰੱਖੀ ਜੀ ਤਾਂ ਤੁਹਾਨੂੰ ਤੁਸੀਂ ਉਸ ਸਪੀਚ ਸਾਰਿਆਂ ਨੇ ਸੁਣੀ ਹੈ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਉੱਥੇ ਗੁਰੂ ਘਰਾਂ ਵਿੱਚ ਪਬਲਿਕ ਨਾਲ ਵੀ ਸਾਂਝੀ ਕੀਤੀ ਸੀ ਆਖਰੀ ਸਪੀਚ ਹੈ ਜੀ ਤੇ ਇਹ ਇੱਕ ਮਸਲਾ ਜਿਹੜਾ ਫਿਰ ਇੱਕ ਇੰਟਰਨੈਸ਼ਨਲ ਮਸਲਾ ਬਣ ਗਿਆ ਜੀ ਉਹਨਾਂ ਨੂੰ ਥੋੜਾ ਟਾਈਮ ਮਿਲਿਆ ਹੂੰ ਉਹਨਾਂ ਨੇ ਆਪਣਾ ਮਕਸਦ ਹੱਲ ਕਰ ਲਿਆ ਵੀ ਉਹਨਾਂ ਨੇ ਆਪਣਾ ਜੋ ਮਕਸਦ ਸੀਗਾ ਵੀ ਦੁਨੀਆ ਨੂੰ ਇਹ ਦੱਸਣਾ ਕਿ ਸਿੱਖਾਂ ਦਾ ਨਾਲ ਵਰਤਾਰਾ ਕੀ ਹੋ ਰਿਹਾ ਕੀ ਹੋ ਰਿਹਾ ਬਿਲਕੁਲ ਪੰਜਾਬ ਦੇ ਵਿੱਚ ਕੋਈ ਇਹ ਨਹੀਂ ਆ ਵੀ ਉਹਨਾਂ ਨੇ ਕੋਈ ਇਹ ਨਹੀਂ ਵੇਖਿਆ ਕੋਈ ਹਿੰਦੂ ਆ ਕੋਈ ਪੁਲਿਸ ਵਾਲਾ ਆਏ ਕੋਈ ਜੁਰਾ ਵੀ ਕੋਈ ਬੰਦਾ ਉਹਨਾਂ ਨੂੰ ਲੱਗਿਆ ਵੀ ਇਹਨੂੰ ਮਾਰ ਕੇ ਇਨਾਮ ਵੀ ਲੈ ਜਾ ਸਕਦੇ ਆ ਗਿੰਤੀ ਵੀ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੀਤੀ ਜਾ ਸਕਦੀ ਵਧਾਈ ਜਾ ਸਕਦੀ ਆ ਹਾਂ ਤਾਂ ਇਹ ਸਾਰਾ ਕੁਝ ਉਹਨਾਂ ਨੇ ਕੀਤਾ ਤਾਂ ਜਸਵੰਤ ਸਿੰਘ ਖਡਰਨਾ ਨੇ ਬਿਨਾਂ ਕਿਸੇ ਗੱਲ ਦੇ ਜੋ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਸੀ ਉਹਦੇ ਵਿੱਚ ਕੋਈ Hindu, Muslim, Sikh ਕੋਈ ਉਹ ਜਾ ਮਸਲਾ ਨਹੀਂ ਸੀਗਾ ਜਿਹੜੀਆਂ ਲਾਸ਼ਾਂ ਨੂੰ ਲਾ ਵਾਰਸ ਕੀਤਾ ਸੀ ਉਹ ਸੱਚ ਇਹਨਾਂ ਨੇ ਦੁਨੀਆ ਦੇ ਸਾਹਮਣੇ ਰੱਖਤਾ ਜੀ ਤੇ ਉਹ ਫਿਰ ਸਰਦਾਰ ਜਸਵੰਤ ਸਿੰਘ ਨੂੰ ਬਹੁਤਾ ਟਾਈਮ ਨਹੀਂ ਮਿਲਿਆ ਕਿ ਉਹਨੂੰ ਅੱਗੇ ਪ੍ਰੂਵ ਕਰ ਸਕੇ ਘਬਰਾਹਟ ਇਹਨੂੰ ਸਕੇਟ ਨੂੰ ਮਹਿਸੂਸ ਹੋਈ ਕਿ ਜੇ ਇਹ ਬੰਦਾ ਅੱਗੇ ਵੱਧਦਾ ਤਾਂ ਸਾਡਾ ਤਾਂ ਸਾਰਾ ਜਿਹੜਾ ਸਟਰਕਚਰ ਹੀ ਫੇਲ ਹੋ ਜਾਊਗਾ ਪਰ ਜਸਵੰਤ ਸਿੰਘ ਨੇ ਮੈਨੂੰ ਲੱਗਦਾ ਹੈ ਵੀ ਬਹੁਤ ਹੀ ਉਸ ਵੇਲੇ ਸ਼ਹਾਦਤ ਦੇ ਨੇੜੇ ਸੀਗੇ ਉਹ ਔਰ ਉਹਨਾਂ ਨੇ ਦੋ ਗੱਲਾਂ ਕਹੀਆਂ ਸੀ ਕਿ ਸਭ ਤੋਂ ਪਹਿਲਾਂ ਮੈਂ ਕੋਰਟਾਂ ਵਿੱਚ ਜਾਊਂਗਾ ਜੀ ਜੇ ਕੋਰਟਾਂ ਮੇਰੀਆਂ ਨਹੀਂ ਸੁਣਦੀਆਂ ਤਾਂ ਮੈਂ ਲੋਕ ਕਚਹਿਰੀ ਵਿੱਚ ਜਾਊਂਗਾ ਠੀਕ ਹੈ ਤੇ ਜੀ ਲੋਕ ਕਚਹਿਰੀ ਚ ਵੀ ਮੇਰੀ ਗੱਲ ਨਹੀਂ ਬਣਦੀ ਤਾਂ ਮੈਂ ਗੁਰੂ ਦੇ ਚਰਨਾਂ ਵਿੱਚ ਜਾ ਉਹਨਾਂ ਦੇ ਪਰਮ ਵਿੱਚ ਛੱਦ ਵਾਸਤੇ ਤਿਆਰ ਕਰਕੇ ਆਪਣੇ ਆਪ ਨੂੰ ਉੱਥੇ ਪੇਸ਼ ਕਰਾਂਗਾ ਜੀ ਤੇ ਤਿੰਨੇ ਗੱਲਾਂ ਇਹ ਇੰਪਲੀਮੈਂਟ ਹੋਈਆਂ ਜੀ ਬਿਲਕੁਲ ਤੁਸੀਂ ਇਹ ਤਿੰਨੇ ਗੱਲਾਂ ਦਸੀਆਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਹਲਕੇ ਜਿਉਣ ਦਾ ਮੌਕਾ ਹੋਰ ਨਹੀਂ ਦਿੱਤਾ ਸਰਕਾਰਾਂ ਨੇ ਆਪਦੇ ਡਰ ਦੇ ਵਿੱਚ ਜੋ ਤੁਸੀਂ ਕਿਹਾ ਹੈਗਾ ਪਰ ਜਿਹੜਾ ਉਹਨਾਂ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਰਿਕਾਰਡ ਜਮਾ ਕਰਵਾਇਆ ਸੀ ਉਹਦਾ ਕੀ ਨਤੀਜਾ ਨਿਕਲਿਆ ਦੇਖੋ ਜੀ ਸਾਰਾ ਨੇ ਪੀਂਦਿਆ ਹੀ ਉਸ ਗੱਲ ਦਾ ਨਿਕਲਿਆ ਜੀ ਜੇ ਅਸੀਂ ਜਸਵੰਤ ਸਿੰਘ ਨੂੰ ਇਹ ਸਮਝ ਲੱਗੀ ਸੀ ਕਿ ਜੇ ਮੈਂ ਪੰਜਾਬ ਦੇ ਵਿੱਚ ਇਹ ਗੱਲ ਰੱਖਦਾ ਮੇਰੀ Laash ਤੇ ਖੁਰਦ-ਬੁਰਦ ਹੋਣੀ ਹੋਣੀ ਹੈ ਤੇ ਇਹਨਾਂ Laashਾਂ ਦਾ ਵੀ ਕੁਝ ਨਹੀਂ ਬਣਨਾ ਜੀ ਜਦੋਂ ਇਹ ਮਸਲਾ ਇੰਟਰਨੈਸ਼ਨਲ ਲੈਵਲ ਤੇ ਗਿਆ ਤੇ ਰਿਕਾਰਡ ਤਾਂ ਸਾਰਾ ਉੱਥੇ ਰੱਖ ਦਿੱਤਾ ਗਿਆ ਤੇ ਇੱਥੇ ਹੁਣ ਕਿਸੇ ਦੀ ਪੇਸ਼ ਨਹੀਂ ਸੀ ਜਾਂਦੀ ਵੀ ਰਿਕਾਰਡ ਨੂੰ ਵੀ ਕਿਵੇਂ ਖੁਰਦ-ਬੁਰਦ ਕੀਤਾ ਜਾਵੇ ਬਿਲਕੁਲ ਤਾਂ ਇਹ ਰਿਕਾਰਡ ਜਦੋਂ ਬਾਹਰ ਨਿਕਲ ਚੁੱਕਿਆ ਤੇ ਫਿਰ ਇਹਨਾਂ ਨੇ ਇਹ ਸੋਚਿਆ ਵੀ ਜਸਵੰਤ ਸਿੰਘ ਨੂੰ ਖਤਮ ਕੀਤੇ ਤੋਂ ਬਿਨਾ ਕਹਾਣੀ ਖਤਮ ਨਹੀਂ ਹੋਣੀ ਜਿਸਵੰਤ ਸਿੰਘ ਨੂੰ ਇੱਕ ਚੈਲੰਜ ਆਇਆ ਉਸ ਵੇਲੇ ਕਿ ਜੇ ਤੂੰ 25000 ਲਾਸ਼ਾਂ ਦੀ ਗੱਲ ਕਰਦਾ ਅਸੀਂ ਜਿੱਥੇ 25000 ਦਾ ਹਿਸਾਬ ਦੇਵਾਂਗੇ ਉੱਥੇ ਇੱਕ ਦਾ ਵੀ ਦੇਵਾਂਗੇ ਤੇ ਇਹ ਉਹਨਾਂ ਨੇ ਆਪਣੇ ਕੰਮ ਤੇ ਮੋਹਰ ਲਾਈ ਜਿਸਵੰਤ ਸਿੰਘ ਨੂੰ ਇਥੋਂ ਘਰੋਂ ਚੱਕਿਆ ਫਿਰ ਉਹਨਾਂ ਨੂੰ ਐਲੀਮੀਨੇਟ ਕੀਤਾ ਜੀ ਤੇ ਉਹਨਾਂ ਦਾ ਇਹ ਮੈਨੂੰ ਲੱਗਦਾ ਵੀ ਇਹ ਉਸ ਵੇਲੇ ਆਪਣੇ ਕੰਮ ਤੇ ਮੋਹਰ ਲਾਈ ਉਹਨਾਂ ਨੇ ਵੀ 25000 ਇੱਕ ਦਾ ਹਿਸਾਬ ਵੀ ਅਸੀਂ ਦੇਵਾਂਗੇ ਤੇ ਉਹਨਾਂ ਨੇ ਇਹ ਕਰਕੇ ਮੰਨ ਲਿਆ ਵੀ ਐਸੀ ਕਰ ਸਕਦੇ ਆ ਇਸ ਕਰਦੇ ਰਹੇ ਆ ਜੀ ਬਿਲਕੁਲ ਸੋ ਜਿਹੜਾ ਉਹ ਰਿਜ਼ਲਟ ਦੀ ਅਸੀਂ ਗੱਲ ਕਰ ਰਹੇ ਸੀ ਉਸ ਤੋਂ ਉਸ ਤੋਂ ਉਸ ਦਾ ਫਿਰ ਜਿਹੜੀ ਕੈਨੇਡਾ ਦੀ ਸਰਕਾਰ ਸੀ ਕਦੇ ਉਹਨਾਂ ਨੇ ਭਾਰਤ ਸਰਕਾਰ ਨਾਲ ਗੱਲ ਕੀਤੀ ਇਸ ਮੁੱਦੇ ਬਾਰੇ ਜਦ ਗੱਲ ਅੱਗੇ ਵਧੀ ਉਸ ਵੇਲੇ ਬਹੁਤ ਜ਼ਿਆਦਾ ਪ੍ਰੈਸ਼ਰ ਸੀਗਾ ਜੀ ਉਸ ਵੇਲੇ ਅ ਅਮਰੀਕਾ ਵੀ ਆਏ ਸੀਗੇ ਪ੍ਰੈਜ਼ੀਡੈਂਟ 威尔 ਕਲਿੰਟਨ ਜੀ ਉਹਨਾਂ ਨੇ ਵੀ ਇੰਟਰਵਿਨ ਕੀਤਾ ਸੀਗਾ ਓਕੇ ਇਵਨ ਕੈਨੇਡਾ ਦੇ ਪ੍ਰਧਾਨ ਮੰਤਰੀ ਆਏ ਸੀਗੇ ਉਹ ਮੈਨੂੰ ਮਿਲ ਕੇ ਵੀ ਗਏ ਸੀ ਅੱਛਾ ਤੇ ਇਹਨਾਂ ਦੇ ਪ੍ਰੈਸ਼ਰ ਬੈਲਡ ਕਰਨ ਦਾ ਬਸ ਇਹੀ ਇੱਕ ਵੱਡਾ ਤਰੀਕਾ ਹੁੰਦਾ ਹੋਰ ਬਹੁਤ ਸਾਰਾ ਰਿਕਾਰਡ ਹੈ ਸਾਡੇ ਕੋਲੇ ਜਿਹੜੀਆਂ ਇਹਨਾਂ ਨੂੰ ਚਿੱਠੀਆਂ ਪਾਈਆਂ ਗਈਆਂ ਹਮ ਹਮ ਭਾਰਤ ਸਰਕਾਰ ਨੂੰ ਵੀ ਅਸੀਂ ਚਾਹੁੰਦੇ ਹਾਂ ਜਸਵੰਤ ਸਿੰਘ ਦੇ ਵਿੱਚ ਇੰਟਰਵੀਨ ਕਰਦੇ ਆਂ ਕੇਸ ਦੇ ਵਿੱਚ ਜੀ ਜੀ ਫਿਰ ਇਹ ਯੂਨੈਸਕੋ ਚ ਗਿਆ ਐਜ਼ ਅ ਟੈਸਟ ਕੇਸ ਓਕੇ ਤੇ ਉਹਦੇ ਵਿੱਚ ਇਹਨਾਂ ਨੂੰ ਸਾਰੀਆਂ ਪ੍ਰोसीडिंग ਜਿਹੜੀਆਂ ਕੋਰਟ ਦੀਆਂ ਸੀਗੀਆਂ ਇਹਨਾਂ ਨੂੰ ਹਰ ਵਾਰ ਉੱਥੇ ਹਰ ਤਰੀਕ ਦੀ ਜੋ ਵੀ ਹੁੰਦੀ ਸੀ ਜੱਜਮੈਂਟ ਉੱਥੇ ਭੇਜਣੀ ਪੈਂਦੀ ਸੀ ਠੀਕ ਹੈ ਤੇ ਮੈਨੂੰ ਲੱਗਦਾ ਵੀ ਜ਼ਰੂਰੀ ਨਹੀਂ ਵੀ ਉਹ ਪਾਲਿਸੀਆਂ ਹੁੰਦੀਆਂ ਹਰ ਕੰਟਰੀ ਨਹੀਂ ਹੈ ਨਾ ਜੀ ਜੀ ਤੇ ਪ੍ਰੈਸ਼ਰ ਪਰ ਇੰਨਾ ਬਿਲਡ ਹੋਇਆ ਕਿ ਉਸ ਤੋਂ ਬਾਅਦ ਸਰਦਾਰ ਜਸਨ ਸਿੰਘ ਖਾਲੜਾ ਨੂੰ ਚੱਕਣ ਤੋਂ ਬਾਅਦ ਹਮ ਇੱਕ ਵੀ ਡਿਸਪੀਅਰੈਂਸ ਨਹੀਂ ਹੋਈ ਉਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਪੰਜਾਬ ਦੇ ਜੀ 6 ਸਤੰਬਰ ਤੋਂ ਬਾਅਦ ਇਸ ਤਰ੍ਹਾਂ ਹੋਇਆ ਜਿਵੇਂ ਆਪਾਂ ਬਿਜਲੀ ਦਾ ਬਟਨ ਬੰਦ ਕਰ ਦਿੰਨੇ ਆ ਤੇ ਸਰਕਾਰ ਡਿਫੈਂਸ ਵਿੱਚ ਆ ਗਈ ਠੀਕ ਹੈ ਸਰਕਾਰ ਨੇ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਬੰਦਾ ਨਾ ਸਾਨੂੰ ਚਾਹੀਦਾ ਸੀ ਤੇ ਨਾ ਅਸੀਂ ਲੈ ਕੇ ਆਏ ਤੇ ਕੋਰਟ ਵਿੱਚ ਵੀ ਸਾਰਾ ਕੇਸ ਹੈ ਜਿਹੜਾ ਡਿਫੈਂਸ ਵਿੱਚ ਹੀ ਲੜਿਆ ਠੀਕ ਹੈ ਬਿਲਕੁਲ ਤੁਸੀਂ ਕਿਹਾ ਸੀ ਕਿ ਸਰਕਾਰਾਂ ਚਾਹੁੰਦੀਆਂ ਸੀ ਇਥੋਂ ਦੀਆਂ ਜਿਹੜਾ ਪਾਈ ਖਲੜਾ ਨੂੰ ਖਤਮ ਕੀਤਾ ਉਹਨਾਂ ਨੇ ਕਿਹਾ ਸੀ ਕਿ ਕਹਾਣੀ ਤਾਂ ਹੀ ਖਤਮ ਹੋ ਸਕਦੀ ਜੇ ਉਹਨਾਂ ਨੂੰ ਖਤਮ ਕਰਾਂਗੇ ਪਰ ਕਹਾਣੀ ਤਾਂ ਖਤਮ ਨਹੀਂ ਕੋਈ ਉਸ ਤੋਂ ਬਾਅਦ ਤੁਸੀਂ ਕਹਾਣੀ ਸ਼ੁਰੂ ਹੋਗੇ ਕਹਾਣੀ ਕਹਿੰਦੇ ਵੀ ਸ਼ਹੀਦ ਦਾ ਜਿਹੜਾ ਸ਼ਹੀਦੀ ਦਿਨ ਹੁੰਦਾ ਨਾ ਉਹਦਾ ਬਰਥ ਹੁੰਦਾ ਦੇ ਇਹਵੇਂ ਸਰਦਾਰ ਜਸਵੰਤ ਸਿੰਘ ਨੂੰ ਪਹਿਲਾਂ ਜਾਣਦੇ ਸੀ ਉਹ ਹਿਊਮਨ ਰਾਈਟਸ ਤੇ ਹੀ ਕੰਮ ਕਰਦੇ ਸੀ ਸ਼ੁਰੂ ਤੋਂ ਕੁਝ ਲੋਕ ਜਾਣਦੇ ਸੀ ਪਰ ਉਹਨਾਂ ਦੀ ਜਿਹੜੀ ਰੈਕੋਗਨਾਈਜੇਸ਼ਨ ਇਸ ਕੇਸ ਨੇ ਦੁਨੀਆ ਪੱਧਰ ਤੇ ਕੀਤੀ ਹੈ ਸ਼ਾਇਦ ਤੇ ਵਾਗਰੂ ਦੀ ਕਿਰਪਾ ਨਾਲ ਹੋ ਗਈ ਪਰ ਉਹਨਾਂ ਨੇ ਜੋ ਦੁਨੀਆ ਦੇ ਸਾਹਮਣੇ ਰੱਖਤਾ ਵੀ ਉਦੋਂ ਤੱਕ ਇਹ ਚੱਲ ਰਿਹਾ ਸੀ ਜੋ ਮੀਡੀਆ ਪ੍ਰੈਜੈਂਟ ਕਰ ਰਿਹਾ ਸੀ ਉਹੀ ਲੋਕ ਮੰਨੀ ਜਾ ਰਹੇ ਸੀ ਵੀ ਇੱਥੇ ਅੱਤਵਾਦ ਆ ਗਿਆ ਜੀ ਇੱਥੇ ਆਹ ਹੋ ਗਿਆ ਕਲਾ ਦੌਰ ਗਾਲਾ ਦੌਰ ਆ ਗਿਆ ਪਰ ਜਦੋਂ ਜਸਵੰਤ ਸਿੰਘ ਨੇ ਡੈਢ ਕੱਢ ਕੇ ਦੁਗੀਆਂ ਦੇ ਸਾਹਮਣੇ ਰੱਖੇ ਕਿ ਨਸਲ ਕੁਸ਼ੀ ਕਿਵੇਂ ਸਿੱਖਾਂ ਦੀ ਕੀਤੀ ਗਈ ਹੈ ਜੀ ਜੀ ਵੀ ਕਿਵੇਂ ਉਹਨਾਂ ਦੇ ਸਾਰੇ ਰਿਕਾਰਡ ਸ਼ਮਸ਼ਾਨ ਘਾਟਾਂ ਵਿੱਚ ਹੈ ਵੀ ਪਰ ਉਹਨਾਂ ਨੂੰ ਲਾਹ ਵਾਰਸ਼ ਕਰਤਾ ਉਹਨਾਂ ਨੂੰ ਲੱਕੜ ਲੈਣ ਦੇ ਲਈ ਸਿਰਫ ਉਹਨਾਂ ਨੂੰ ਪਿੱਛੇ ਲੱਗਤਾ ਅਨ ਆਈਡੈਂਟੀਫਾਈਡ ਇਦੋਂ ਵੱਡੀ ਤਰਾਸ ਦੀ ਨਹੀਂ ਹੋ ਸਕਦੀ ਪੰਜਾਬ ਦੀ ਬਿਲਕੁਲ ਜਿਹੜੀ ਉਹ ਕਹਾਣੀ ਸ਼ੁਰੂ ਹੋਈ ਸੀ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਹੁਣ ਕਿੱਥੇ ਤੱਕ ਪਹੁੰਚੀ ਹੈ ਤੁਹਾਡੇ ਜੰਗ ਦੇ ਨਾਲ ਹਾਂਜੀ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਅੰਤਮ ਅਰਦਾਸ 98 ਦੇ ਵਿੱਚ ਹੋਈ ਹੈ ਪਹਿਲਾਂ ਅਸੀਂ ਇੱਕ ਕੇਸ ਲੜਨ ਦੇ ਲਈ ਕਮੇਟੀ ਬਣਾਈ ਸੀ ਖਾਲੜਾ ਕਮੇਟੀ ਠੀਕ ਹੈ ਉਸ ਤੋਂ ਬਾਅਦ ਜਦੋਂ ਸ਼ਹਾਦਤ ਹੋ ਗਈ ਤੇ ਅਰਦਾਸ ਵੀ ਹੋ ਗਈ ਤਾਂ ਉੱਥੇ ਫਿਰ ਅਸੀਂ ਇਹ ਸਾਰੇ ਲੋਕਾਂ ਨੇ ਸਲਾਹ ਕਰਕੇ ਵੀ ਹੁਣ ਸਾਨੂੰ ਖਾਲੜੇ ਦੇ ਮਿਸ਼ਨ ਤੇ ਕੰਮ ਕਰਨਾ ਚਾਹੀਦਾ ਹੂੰ ਫਿਰ ਅਸੀਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਜਿਹੜੀ ਆ ਉਸ ਵੇਲੇ ਬਣਾ ਲਈ ਠੀਕ ਹੈ ਤੇ ਉਦੋਂ ਤੋਂ ਲੈ ਕੇ 6 ਸਤੰਬਰ ਨੂੰ ਇਹਨਾਂ ਨੂੰ ਚੱਕਿਆ ਗਿਆ 8 ਨੂੰ ਮੈਂ ਸੁਪਰੀਮ ਕੋਰਟ ਪਹੁੰਚ ਗਈ 9 ਨੂੰ ਸੁਪਰੀਮ ਕੋਰਟ ਦੇ ਵਿੱਚ ਸਾਡੀ ਪਟੀਸ਼ਨ ਜਿਹੜੀ ਉਹ ਲੱਗ ਗਈ ਠੀਕ ਹੈ ਤਾਂ ਉਸ ਦਿਨ ਤੋਂ ਲੈ ਕੇ ਮੇਰੀ ਲਾਈਫ ਦਾ ਇੱਕ ਟਰਨਿੰਗ ਪੁਆਇੰਟ ਸੀਗਾ ਵੀ ਮੈਨੂੰ ਨਹੀਂ ਸੀ ਪਤਾ ਮੈਂ ਇੱਥੇ ਯੂਨੀਵਰਸਿਟੀ ਜੌਬ ਕਰਦੀ ਸੀ ਮੈਨੂੰ ਲੱਗਦਾ ਸੀਗਾ ਵੀ ਜਿਵੇਂ ਬਹੁਤ ਹੀ ਚੰਗੀ ਜ਼ਿੰਦਗੀ ਅਸੀਂ ਜਿਉ ਰਹੇ ਹਾਂ ਪਰ ਜਦੋਂ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ ਗਿਆ ਫਿਰ ਮੈਂ ਦੋ ਤਿੰਨ ਸਾਲ ਤਾਂ ਸਾਨੂੰ ਭੰਬਲ ਭੂਸੇ 'ਚ ਹੀ ਰੱਖਿਆ ਗਿਆ ਕਿ ਜਸਵੰਤ ਸਿੰਘ ਨੂੰ ਛੱਡ ਦਿੱਤਾ ਜਾਊਗਾ ਜਸਵੰਤ ਸਿੰਘ ਇੱਥੇ ਆ ਉੱਥੇ ਆ ਪਰ ਜਦੋਂ ਇੱਕ ਗਵਾਹ ਆ ਗਿਆ ਉਹਨੇ ਕਲੀਅਰ ਕਰਤਾ ਸਾਰਾ ਕੁਝ ਤਾਂ ਫਿਰ ਆਪਣੇ ਮਨ ਦੇ ਨਾਲ ਇੱਕ ਸਮਝੌਤਾ ਕਰਕੇ ਆਪਣੀ ਵਿਲ ਪਾਵਰ ਦੇ ਨਾਲ ਮੈਂ ਇਹ ਸੋਚਿਆ ਵੀ ਹੁਣ ਇਹ ਜਿਹੜੀ ਵੇਲਾ ਹੈ ਜਿਹੜਾ ਇਹ ਅੱਗੇ ਵਧਣ ਦਾ ਜਸਵੰਤ ਸਿੰਘ ਦੇ ਕੰਮ ਤੇ ਅੱਗੇ ਉਹਨੂੰ ਅੱਗੇ ਤੋਰਨ ਦਾ ਇਸ ਮਿਸ਼ਨ ਨੂੰ ਜੋ ਉਹਨਾਂ ਨੇ ਸ਼ੁਰੂ ਕੀਤਾ ਇਹਨੂੰ ਤਾਂ ਹਾਂ ਜੀ ਪ੍ਰੂਵ ਕਰਨਾ ਹੈ ਅਸੀਂ ਬਿਲਕੁਲ ਹਾਂ ਜੀ ਮੈਂ ਫਿਰ ਕੋਰਟਾਂ ਦੇ ਰਾਜਸੰਗ ਸਿੰਘ ਖਾਲੜੇ ਦੇ ਨਾਲ ਕੇਸ ਦੇ ਨਾਲ ਅਬਡੈਕਸ਼ਨ ਕੇਸ ਸ਼ੁਰੂ ਹੋਇਆ ਸੀ ਠੀਕ ਹੈ ਇਹ ਉਸ ਤੋਂ ਬਾਅਦ ਮੈਂ ਉਸੇ ਵੇਲੇ ਹੀ ਜਦੋਂ ਸੀਬੀਆਈ ਕੋਲ ਕੇਸ ਗਿਆ ਤੇ ਇਹ ਸਾਰੀ ਲਿਸਟ ਸੀਬੀਆਈ ਦੇ ਕੋਰਟ ਦੇ ਵਿੱਚ ਨਾਲ ਲਾਈ ਕਿ ਆ 2097 ਲੋਕ ਹੈ ਤਿੰਨ ਸਿਰਫ ਇੱਕੋ ਜ਼ਿਲ੍ਹੇ ਦੀਆਂ ਤਿੰਨ ਸ਼ਮਸ਼ਾਨ ਘਟਾਂ ਜਿਦੇ ਵਿੱਚ ਇਹਨਾਂ ਲੋਕਾਂ ਨੂੰ ਲਵਾਰਸ਼ ਕੀਤਾ ਗਿਆ ਡ੍ਰੈਸਨੀ ਇਹ ਹੈ ਕਿ ਜਦੋਂ ਜਿੰਨੀਆਂ ਲਾਸ਼ਾਂ ਪੰਜਾਬ ਦੇ ਵਿੱਚ ਸਾੜੀਆਂ ਗਈਆਂ ਉਸ ਤੋਂ ਕਿਤੇ ਵੱਧ ਰੋੜੀਆਂ ਗਈਆਂ ਜਸਵੰਤ ਸਿੰਘ ਦੀ ਲਾਸ਼ ਵੀ ਰੋੜੀ ਗਈ ਹੈ ਤੇ ਇਹ ਇੱਕ ਬਹੁਤ ਵੱਡਾ ਗੰਭੀਰ ਮਸਲਾ ਸੀ ਜਿਹੜੇ ਕਾਨੂੰਨ ਤੋਂ ਬਾਹਰ ਆ ਜਾ ਕੇ ਸਾਡੇ ਇੰਨੇ ਲੋਕਾਂ ਨੂੰ ਮਾਰਿਆ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕ ਕੇ ਮੁੱਕਰ ਜਾਣਾ ਬਿਲਕੁਲ ਹਾਂਜੀ ਕਹਿਣਾ ਵੀ ਨਾਏ ਬੰਦਾ ਸੰਭ ਚਾਹੀਦਾ ਸੀ ਤੇ ਨਾ ਲੈ ਕੇ ਆਏ ਇੱਕ ਬੜਾ ਵੱਡਾ ਚੈਲੰਜ ਸੀ ਮੇਰੇ ਲਈ ਤਾਂ ਮੈਂ ਕੋਰਟਾਂ ਦਾ ਉਸੇ ਕਾਨੂੰਨ ਵਿੱਚ ਜਾ ਕੇ ਉਸੇ ਸੰਵਧਨ ਵਿੱਚ ਜਾ ਕੇ ਮੈਂ ਕੋਰਟਾਂ ਦਾ ਰਾਹ ਤਿਆਰ ਕੀਤਾ ਜੀ ਉੱਥੇ ਜਾ ਕੇ ਫਿਰ ਇਹ ਲਿਸਟ ਲਾਈ ਫਿਰ ਸੀਬੀਆਈ ਨੇ ਦੀ ਇਨਕੁਇਰੀ ਕੀਤੀ ਤੇ ਇਹਦੇ ਵਿੱਚ ਹੌਲੀ-ਹੌਲੀ 2004 ਤੋਂ ਲੋਕ ਕੰਪਨਸੇਟ ਵੀ ਹੋਈ ਠੀਕ ਹੈ ਤੇ ਸਜਾਵਾਂ ਵੀ ਤੁਹਾਡੇ ਸਾਹਮਣੇ ਹੁਣ ਮਿਲ ਰਹੀਆਂ ਹੁਣ ਤੱਕ ਉਸ ਤੋਂ ਬਾਅਦ ਹੋਰ ਕਿੰਨੇ ਤੁਸੀਂ ਅਨ ਆਈਡੈਂਟੀਫਾਈ ਲੋਕ ਨੇ ਜਿਹੜੇ ਉਹ ਲਾਸ਼ਾਂ ਸੀਗੀਆਂ ਉਹ ਕਿੰਨੀਆਂ ਲੱਭੀਆਂ ਨੇ ਡਾਟਾ ਅੰਕੜਾ ਸੀ ਜਿਹੜਾ ਉਹ ਕਿੱਥੋਂ ਤੱਕ ਪਹੁੰਚਿਆ ਉਹ ਤੁਸੀਂ ਲੜੀ ਅੱਗੇ ਤੋਰੀ ਹਾਂਜੀ ਉਹ ਹੁਣ ਪੰਜਾਬ ਦੇ ਵਿੱਚ ਡਾਕੂਮੈਂਟੇਸ਼ਨ ਨਹੀਂ ਹੋਈ ਹੂੰ ਦੋ ਜਿਹੜੀਆਂ ਟੀਮਾਂ ਹੈ ਜਿਹੜੀਆਂ ਕਿ ਚਲੋ ਅਸੀਂ ਸਾਡੇ ਸੀਮਤ ਸਾਧਨ ਹੁੰਦੇ ਆ ਹਨਾ ਜੀ ਤੇ ਪਰ ਅਸੀਂ ਡੋਰ ਟੂ ਡੋਰ ਜਾ ਕੇ ਹਰ ਪਿੰਡ ਦੇ ਵਿੱਚ ਜਾ ਕੇ ਮੈਂ ਇਹਨਾਂ ਨੂੰ ਕੋਆਪਰੇਟ ਕੀਤਾ ਜੀ ਉਹਨਾਂ ਨੇ ਹਰ ਘਰ ਦੇ ਵਿੱਚ ਜਾ ਕੇ ਉਸ ਲੰਬੇਆ ਪਰਿਵਾਰ ਨੂੰ ਕੋਈ ਚੌਂਕੀਦਾਰ ਲਿਆ ਕੋਈ ਪੁਰਾਣਾ ਐਕਸ ਸਰਪੰਚ ਕੋਈ ਨਵਾਂ ਸਰਪੰਚ ਕਈ ਵਰੀ ਪਿੰਡਾਂ 'ਚ ਦੱਸਦੇ ਹੀ ਨਹੀਂ ਲੋਕ ਹਾਂ ਉਹ ਸਾਰਾ ਡਾਡਾ ਜਿਹੜਾ ਉਹ ਹੁਣ ਨੈਟ ਤੇ ਹੈ ਜੀ ਤੇ ਤੁਹਾਡੀ ਟੀਮ ਦੇ ਵਿੱਚ ਫਿਰ ਜਦੋਂ ਤੁਸੀਂ ਇਹ ਸਟਾਰਟ ਕੀਤਾ ਕੌਣ ਕੌਣ ਲੋਕ ਸੀਗੇ ਕਿਹਨੇ ਤੁਹਾਨੂੰ ਸਾਥ ਦਿੱਤਾ ਕਿਸੇ ਪੋਲੀਟੀਕਲ ਪਾਰਟੀ ਨੇ ਸਾਥ ਦਿੱਤਾ ਜਦੋਂ ਕਿਸੇ ਹੋਰ ਸੰਸਥਾ ਨੇ ਹਿਊਮਨ ਰਾਈਟਸ ਦਾ ਮੁੱਦਾ ਸੀਗਾ ਇੱਕ ਤਾਂ ਜਿੰਨੇ ਵੀ ਪਰਿਵਾਰ ਸੋ ਸਾਡੇ ਨਾਲ ਜੁੜ ਗਏ ਠੀਕ ਹੈ ਅਸੀਂ ਇੱਕ ਸੰਸਥਾ ਬਣਾ ਲਈ ਬਈ ਐਕਸਪੀਰੀਅੰਸ ਦੀ ਸੰਸਥਾ ਬਣਾ ਲਈ ਵੀ ਏਡੀਪੀ ਦੀ ਜਿਹਨੇ ਵੀ ਲੋਕ ਵਿਕਟਿਮ ਹੈਗੇ ਉਹਨਾਂ ਦੀ ਇੱਕ ਸੰਸਥਾ ਬਣਾ ਲਈ ਪੋਲੀਟੀਕਲ ਲੋਕਾਂ ਨੂੰ ਅਸੀਂ ਬਾਹਰ ਰੱਖਿਆ ਉਕੇ ਕਿਉਂਕਿ ਲੋਕਾਂ ਨੂੰ ਸਮਝੇ ਪੋਲਿਟিক্যাল ਲੋਕ ਕਈ ਲੋਕ ਇਹ ਸਮਝਦੇ ਵੀ ਇਹਦੇ ਵਿੱਚੋਂ ਸ਼ਾਇਦ ਕੁਝ ਨਿਕਲੂਗਾ ਪਰ ਇਹ ਹਿਊਮਨ ਰਾਈਟਸ ਦਾ ਮੁੱਦਾ ਸੀਗਾ ਉਹ ਲੋਕ ਜਿਹੜੇ ਵਿਕਟਿਮ ਸੀਗੇ ਉਹਨਾਂ ਨੂੰ ਅਸੀਂ ਆਪਣਾ ਪਾਰਟੀ ਦਾ ਆਪਣੀ ਸੰਸਥਾ ਦਾ ਹਿੱਸਾ ਬਣਾਇਆ ਠੀਕ ਹੈ ਬਾਕੀ ਲਾਈਕ ਮਾਈਂਡਡਡ ਪੀਪਲ ਦੁਨੀਆ ਭਰ ਦੇ ਨਾਟ ਇਵਨ ਪੰਜਾਬ ਦੁਨੀਆ ਭਰ ਦੇ ਲੋਕ ਸਾਨੂੰ ਲੱਗਦਾ ਹੈ ਸਾਡੇ ਨਾਲ ਹੈ ਕਿਉਂਕਿ ਜਿਹੜਾ ਸਬਜੈਕਟ ਹੈ ਇਹ ਤਾਂ ਮਨੁੱਖਤਾ ਦੀ ਗਾਣ ਅੰਦਾਜ਼ ਸਬਜੈਕਟ ਹੈ ਬਿਲਕੁਲ ਵੀ ਉਹਨਾਂ ਦਾ ਮੋਰਲ ਸਪੋਰਟ ਸਾਨੂੰ ਅੱਗੇ ਵਧਣ ਲਈ ਇੱਥੇ ਵੀ ਟੀਮਾਂ ਕੰਮ ਕਰਦੇ ਰਹੀਆਂ ਸਾਡੀਆਂ ਤੱਤ ਖੋਜ ਕਮੇਟੀਆਂ ਸਾਡੀ ਮੈ ਖਾਲਾ ਮਿਸ਼ਨ ਦੀ ਕੋਰ ਕਮੇਟੀ ਸਾਰੇ ਮਤਲਬ ਅਸੀਂ ਬਾਕਾਇਦਾ ਅਹੁਦੇਦਾਰ ਰੱਖੇ ਤੇ ਜਿੱਥੇ-ਜਿੱਥੇ ਵੀ ਸਾਨੂੰ ਲੱਗਾ ਅਸੀਂ ਉੱਥੇ ਪੈਰਾ ਦਿੱਤਾ ਹਮ ਕੋਟਾਂ ਵਿੱਚ ਵੀ ਪੈਰਾ ਦਿੱਤਾ ਪਰਿਵਾਰਾਂ ਦਾ ਵੀ ਮਨੋਂ ਮਾਲ ਉੱਚਾ ਕੀਤਾ ਜੀ ਜੀ ਬਈ ਤੁਸੀਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੁਹਾਡੇ ਨਾਲ ੱਟਕੇ ਹੋਏ ਆ ਤੁਰੋ ਸਾਡੇ ਨਾਲ ਹੁਣ ਅਦਾਲਤਾਂ ਦੇ ਵਿੱਚ ਕਿੰਨੇ ਕ ਕੇਸ ਚੱਲ ਰਹੇ ਨੇ ਇਸ ਮਸਲੇ ਨੂੰ ਲੈ ਕੇ ਵੇਖੋ ਜੀ ਅਦਾਲਤਾਂ ਵੀ ਸਰਕਾਰਾਂ ਦੇ ਹਿਸਾਬ ਨਾਲ ਹੀ ਚਲਦੀਆਂ ਜਦੋਂ ਜਸਵੰਤ ਸਿੰਘ ਨੇ ਜੋ 2097 ਦੀ ਲਿਸਟ ਕੱਢੀ ਆ ਉਹਨਾਂ ਨੇ ਇੱਥੇ ਹੀ ਬਾਉਂਡ ਕਰ ਲਿਆ ਹਾਲ ਦੀ ਘੜੀ ਕੰਮ ਵੀ ਅਸੀਂ ਇੱਥੇ ਹੀ ਕੰਮ ਕਰਨਾ ਹੈ ਅਸੀਂ ਬਾਰ-ਬਾਰ ਉੱਥੇ ਇਹ ਲਾਉਂਦੇ ਰਹੇ ਹਾਂ ਪਟੀਸ਼ਨ ਵੀ ਇਹਦਾ ਕੇਰਾ ਵਧਾ ਕੇ ਵਧਾਓ ਇਹਦਾ ਕੇਰਾ ਵਰਡ ਵਾਲੀ ਕਰ ਦਿਓ ਜੀ ਜੀ ਵੀ ਜਿਹਦਾ ਵੀ ਜਿਹਦੇ ਨਾਲ ਇਹ ਮਿਸ ਹੈਪਨਿੰਗ ਹੋਈ ਆ ਤੇ ਉਹ ਆਪਣਾ ਪੱਖ ਰੱਖ ਸਕੇ ਹੂੰ ਹੂੰ ਉਹਦਾ ਕੀ ਫੈਸਲਾ ਹੁੰਦਾ ਹੈ ਤੇ ਬਾਅਦ ਦੀ ਗੱਲ ਹੈ ਜੀ ਤਾਂ ਫਿਰ ਪਰ ਨਹੀਂ ਮਤਲਬ सीबीआई ਨੇ ਜਾਂ ਜਿੰਨਾਂ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਕਿਉਂਕਿ ਇਹ ਤਾਂ ਰਿਕਾਰਡ ਸਾਹਮਣੇ ਸੀ ਇੰਨਾ ਕੁ ਤਾਂ ਉਹਨਾਂ ਨੂੰ ਕਰਨਾ ਹੀ ਪਿਆ ਬਿਲਕੁਲ ਤੇ ਅੱਜ ਵੀ ਪੈਂਡਿੰਗ ਕੇਸ ਇਹ ਹੀ ਹੈ ਕਿ ਇਹਦਾ ਕੀ ਰਵਿਦਾ ਹੈ ਕਿ ਜਿੰਨੀਆਂ ਬਾਹਰ ਲੀਆਂ ਸੰਸਥਾਵਾਂ ਐ ਮਨੁੱਖੀ ਅਧਿਕਾਰ ਸੰਸਥਾਵਾਂ ਦੀ ਐਸ਼ੀਆਵਾਚਾਂ ਹਿਊਮਨ ਰਾਈਟਸ ਦੀਆਂ ਹੋਰ ਵਰਡ ਵਰਡ ਦੀਆਂ ਲੈਵਲ ਦੀਆਂ ਸੰਸਥਾਵਾਂ ਹੈ ਜੀ ਉਹਨਾਂ ਨੂੰ ਹੀ ਇਜਾਜ਼ਤ ਦੇ ਦਿਓਗੇ ਪੰਜਾਬ ਦੇ ਵਿੱਚ ਆ ਕੇ ਇਹ ਸਾਰੀ ਦਾ ਮੌਇਨਾ ਕਰ ਲੈਣ ਤੇ ਦੂਜੀ ਸਾਡੀ ਸਾਰੀ ਇਹੋ ਹੀ ਮੰਗ ਹੁੰਦੀ ਸੀ ਪੰਜਾਬ ਦੇ ਵਿੱਚ ਅਸੀਂ ਹਮੇਸ਼ਾ ਆਪਣਾ ਪੱਖ ਜਦੋਂ ਵੀ ਮੀਡੀਆ ਰਾਈ ਜਾਂ ਰੱਖਦੇ ਰਹੇ ਹਾਂ ਜੀ ਜੀ ਬਈ ਸਰਕਾਰ ਬਣਾਵੇ ਇੱਕ ਕਮਿਸ਼ਨ ਜਿਹਦੇ ਵਿੱਚ ਅਸੀਂ ਨਹੀਂ ਚਾਹੁੰਦੇ ਕੌਣ ਝੂਠਾ ਕੌਣ ਸੱਚਾ ਇੱਕ ਕਮਿਸ਼ਨ ਬਣੇ ਸੱਚ ਕਮਿਸ਼ਨ ਬਣੇ ਲੋਕਾਂ ਦਾ ਪੱਖ ਸੁਣਿਆ ਜਾਵੇ ਤੇ ਉਹਦੇ ਉੱਤੇ ਸਰਕਾਰ ਕਮੈਂਟ ਕਰੇ ਸਰਕਾਰ ਦੱਸੇ ਸਾਰਾ ਕੁਝ ਅਸੀਂ ਤਾਂ ਨਾਨ ਪੋਲੀਟੀਕਲ ਤੇ ਅਸੀਂ ਆਰਗੇਨਾਈਜੇਸ਼ਨ ਹੈ ਨਾਨ ਪ੍ਰੋਫਿਟੇਬਲ ਤੇ ਅਸੀਂ ਆਪਣੇ ਕੰਮ ਆਪਦੀ ਵੈਲ ਨਾਲ ਕਰ ਰਹੇ ਹਾਂ ਜੀ ਜੀ ਠੀਕ ਹੈ ਸਾਨੂੰ ਸਪੋਰਟ ਤਾਂ ਸਰਕਾਰ ਨੇ ਕੀ ਦੇਣਾ ਸਾਨੂੰ ਤਾਂ ਖਰਾਬ ਹੀ ਕਰਨਾ ਹੈ ਉਹਨਾਂ ਨੇ ਹੂੰ ਮਤਲਬ ਸਾਨੂੰ ਤਾਂ ਉਹਨਾਂ ਨੇ ਪਰ ਇੰਨਾ ਕੁ ਮੈਂ ਦਾਅਵੇ ਨਾ ਕਹਿਨੀ ਆ ਵੀ ਸਾਨੂੰ ਕਦੇ ਕਿਸੇ ਨੇ ਚੈਲੰਜ ਨਹੀਂ ਕੀਤਾ ਸਭ ਦਾ ਸਾਥ ਮਿਲਿਆ ਨਹੀਂ ਨਹੀਂ ਸਾਥ ਵੀ ਨਹੀਂ ਗੱਲ ਹੁੰਦੀ ਵੀ ਜੇ ਅਸੀਂ ਗਲਤ ਹੋਈਏ ਹਾਂਜੀ ਕੋਈ ਸਰਕਾਰੀ ਸੰਸਥਾ ਕੋਈ ਪੁਲਿਸ ਕੋਈ ਸੀਐਮ ਜਾਂ ਕੋਈ ਉਹਦੇ ਅਹੁਦੇਦਾਰ ਸਾਨੂੰ ਚੈਲੰਜ ਕਰਨ ਵੀ ਤੁਸੀਂ ਗਲਤ ਕਰ ਰਹੇ ਹੋ ਜੀ ਕਿਉਂਕਿ ਉਹ ਖੁਦ ਕਾਣੇ ਹੈਗੇ ਨੇ ਕਾਣੇ ਹੈਗੇ ਚੈਲੰਜ ਕੌਣ ਕਰੂਗਾ ਚੈਲੰਜ ਮੈਨੂੰ ਇਹ ਇਸ ਗੱਲ ਦਾ ਅੰਦਰੋਂ ਮੇਰਾ ਮਨ ਇਹ ਕਰਦਾ ਹੈ ਵੀ ਆਓ ਹੁਣ ਮੈਦਾਨ 'ਚ ਸਮਝਾ ਲੈ ਵੀ ਕਰੋ ਹਮ ਜੇ ਤੁਸੀਂ ਇਹ ਕੀਤਾ ਹੈ ਕਿ ਨਹੀਂ ਕੀਤਾ ਜੀ ਜੀ ਬਿਲਕੁਲ ਸੋ ਹੁਣ ਤੁਸੀਂ ਜੇ ਪਾਰਲੀਮੈਂਟ ਦੇ ਵਿੱਚ ਜਾਂਦੇ ਹੋ ਲੋਕ ਤੁਹਾਡਾ ਸਾਥ ਦਿੰਦੇ ਨੇ ਤਾਂ ਫਿਰ ਇਸ ਮਸਲੇ ਦੇ ਵਿੱਚ ਤੁਸੀਂ ਕੀ ਮੰਗ ਰੱਖੋਗੇ ਜਾਂ ਕੀ ਕਰੋਗੇ ਇਹਨਾਂ ਲੋਕਾਂ ਦੇ ਲਈ ਵੇਖੋ ਜੀ ਮਸਲਾ ਇੰਨਾ ਛੋਟਾ ਨਹੀਂ ਹੈ ਵੀ ਮਨੁੱਖਤਾ ਦਾ ਕਹਾਣ ਹੈ ਬੰਦੇ ਮਾਰੇ ਹੈ ਠੀਕ ਹੈ ਜੇ ਤੁਸੀਂ ਇਹਨੂੰ ਭੁੱਲ ਕੇ ਆਟੇ ਦਾਲ ਸਕੀਮਾਂ 'ਚ ਹੀ ਲੋਕਾਂ ਨੂੰ ਉਲਝਾ ਦਿਓਗੇ ਹਾਂ ਠੀਕ ਹੈ ਤਾਂ ਲੋਕ ਉਸ ਤਰ੍ਹਾਂ ਹੀ ਲੱਗ ਜਾਂਦੇ ਆ ਸਬਸਿਡੀਆਂ ਦੇ ਦਿਓ ਲਿਮਟਾਂ ਬੰਨ ਦਿਓ ਹੈਨਾ ਤੇ ਕੁਝ ਲੋਕ એમ ਹੋ ਜਾਂਦੇ ਪਰ ਕੁਝ ਬਹੁਤ ਪਰਮਾਤਮਾ ਦੀ ਮੈਨੂੰ ਲੱਗਦਾ ਕੁਝ ਬਹੁਤ ਉੱਚੇ ਸੁੱਚੇ ਕਰਤਾਰ ਵਾਲੇ ਜਿਵੇਂ ਸਾਡੇ ਗੁਰੂ ਸਾਹਿਬਾਂ ਦੇ ਟਾਈਮ ਕੁਰਬਾਨੀਆਂ ਹੋਈਆਂ ਜਿਵੇਂ ਹੀ ਹੋਈਆਂ ਹੈ ਕੁਰਬਾਨੀਆਂ ਜੀ 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 ਜਿਸੋਂ ਸਿੰਘ ਖਾਲਾ ਕਿਸੇ ਸੇਧਤ ਹੋ ਕੇ ਹੀ ਉਹਨਾਂ ਨੇ ਕੁਰਬਾਨੀ ਦਿੱਤੀ ਹੈਨਾ ਇਹ ਮਨੁੱਖਤਾ ਦਾ ਕਹਾਣ ਹੋ ਰਿਹਾ ਤੇ ਮੈਨੂੰ ਅੱਗੇ ਆਉਣਾ ਚਾਹੀਦਾ ਤੇ ਇਸ ਤਰ੍ਹਾਂ ਹੋਰ ਵੀ ਕਈ ਮਤਲਬ ਬਹੁਤ ਕੁਰਬਾਨੀ ਹੋਈ ਹੈ ਤਾਂ ਮੈਨੂੰ ਲੱਗਦਾ ਵੀ ਸਾਨੂੰ ਇਹ ਜਿਹੜਾ ਪੱਖ ਹੈ ਇਹ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਵੀ ਤੁਸੀਂ ਜੇ ਮਿਨੋਰਟੀ ਨੂੰ ਇਵੇਂ ਕੁੱਟੋਗੇ ਤੇ ਕਿਵੇਂ ਨਾਲ ਰੱਖੋਗੇ ਬਿਲਕੁਲ ਔਰ ਇਹ ਤਾਂ ਪੂਰੇ ਦੇਸ਼ ਦਾ ਮਾਹੌਲ ਹੁਣ ਬਣਿਆ ਹੋਇਆ ਹੈ ਇਹ ਇੰਨਾ ਹੀ ਨਹੀਂ ਆ ਵੀ ਤੁਸੀਂ ਗੁਜਰਾਤ ਦੇ ਵਿੱਚ ਵੇਖ ਲਓ ਜੀ ਜੀ ਫਿਰ ਤੁਸੀਂ ਇੱਥੇ ਵੇਖ ਲਓ ਮਨੀਪੁਰ ਵੇਖ ਲਓ ਬਿਲਕੁਲ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਤਾਂ ਪੈਂਡਿੰਗ ਹੁਣ ਚੱਲ ਰਿਹਾ ਸਾਰਾ ਕੁਝ ਬਿਲਕੁਲ ਵੀ ਜੇ ਤੁਸੀਂ ਮਿਨੋਰਟੀ ਨੂੰ ਇੰਜ ਕੁੱਟੋਗੇ ਇਸਦੇ ਇਹੀ ਸਮਝਾਉਣ ਦਾ ਕੋਸ਼ਿਸ਼ ਕਰੋਗੇ ਤਾਂ ਤੁਸੀਂ ਸਾਨੂੰ ਫਿਰ ਕਿਵੇਂ ਕਹੋਗੇ ਵੀ ਇਹ ਤੁਸੀਂ ਸਾਡੇ ਨਾਲ ਰਹੋ ਜੀ ਜਿਹੜੇ ਕਮਿਸ਼ਨ ਦੀ ਤੁਸੀਂ ਗੱਲ ਕੀਤੀ ਆ ਉਹਦੇ ਵੀ ਡਿਮਾਂਡ ਕਰੋਗੇ ਇਸ ਦਾ ਨਾ ਕਮਿਸ਼ਨ ਬਣਨਾ ਚਾਹੀਦਾ ਹਾਂ ਜੋ ਤਾਂ ਅਸੀਂ ਹਮੇਸ਼ਾ ਕਰਦੀ ਆਂ ਹਮ ਬੀ ਸਰਕਾਰਾਂ ਇੱਕ ਐਸੀ ਹੋਰ ਤੁਹਾਨੂੰ ਨਾਲ ਜੋੜਦੇ ਆ ਇੱਕ ਵਾਰੀ ਨਿੱਜੀ ਤੌਰ ਤੇ ਜਸਟਿਸ ਕੁਲਦੀਪ ਸਿੰਘ ਨੇ ਇੱਕ ਪੀਪਲਸ ਕਮਿਸ਼ਨ ਬਣਾਇਆ ਸੀ ਠੀਕ ਹੈ ਦੇ ਬਾਦਲ ਨੇ ਹਾਈ ਕੋਰਟ ਵਿੱਚ ਜਾ ਕੇ ਉਹਨੂੰ ਬੰਦ ਕਰਵਾਤਾ ਅੱਛਾ ਕਿਉਂ ਉਹ ਬੰਦ ਹੋ ਗਿਆ ਨਹੀਂ ਉਹ ਫਿਰ ਉਹਨਾਂ ਦੇ ਉਹ ਕਹਿੰਦੇ ਫੇਵਰ 'ਚ ਨਹੀਂ ਹੈਗਾ ਉਹਨਾਂ ਦੇ ਲੋਕਾਂ ਦੇ ਹੱਥ ਵਿੱਚ ਹੈ ਹਨਾ ਉਹਨਾਂ ਦੇ ਫੇਵਰ 'ਚ ਨਹੀਂ ਹੈ ਮੈਂ ਤਾਂ ਇਹ ਵੀ ਸੋਮਿੰਦੀ ਹਾਂ ਲੋਕ ਤਾਂ ਚਾਹੁੰਦੇ ਸੀ ਲੋਕ ਦੇ ਪਹਿਲੀ ਹੀਅਰਿੰਗ ਹੋ ਗਈ ਸੀ ਸਾਰੇ ਲੋਕ ਉੱਥੇ ਜਾਣਾ ਸ਼ੁਰੂ ਹੋ ਗਏ ਸੀ ਓਕੇ ਸੋ ਜਿਹੜਾ ਤੁਸੀਂ ਉਸ ਦੌਰ ਦੀ ਗੱਲ ਕੀਤੀ ਸੀ 95 ਤੋਂ ਲੈ ਕੇ 98 ਤੱਕ ਤੁਸੀਂ ਕਿਹਾ ਕਿ ਮੈਂ ਕੋਟਾਂ ਦਾ ਸਹਾਰਾ ਲਿਆ ਤੁਸੀਂ ਸਰਕਾਰ ਕੋਲ ਵੀ ਗਏ ਭਾਈ ਜਸਵੰਤ ਸਿੰਘ ਖਾਲੜਾ ਕਿੱਥੇ ਨੇ ਐਬਡਕਟ ਕਰ ਲਏ ਉਸ ਮੰਗ ਨੂੰ ਲੈ ਕੇ ਦੇਖੋ ਜੀ ਉਦੋਂ ਮਾਹੌਲ ਇਹ ਹੋ ਜਾ ਸੀਗਾ ਕਿ ਬਦਲ ਸਾਹਿਬ ਆਪ ਮੁੰਡਿਆਂ ਦੇ ਭੋਗਾਂ ਤੇ ਵੀ ਜਾਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਮੈਨੀਫੈਸਟੋਰ ਦੇ ਵਿੱਚ ਇਹ ਗੱਲ ਰੱਖੀ ਸੀ ਕਿ ਮੈਂ ਇਹ ਸਾਰਾ ਲੁੱਟ ਤੇ ਘੁੱਟ ਦਾ ਸਹਾਰਾ ਦੇਵਾਂਗਾ ਜੀ ਪਰ ਮੁੱਖ ਮੰਤਰੀ ਬਣਨ ਦੇ ਨਾਲ ਹੀ ਉਹਨਾਂ ਨੇ ਸਟੇਜ ਤੋਂ ਅਨਾਉਂਸ ਕਰਤਾ ਕਿ ਤੁਸੀਂ ਇਹ ਸਾਰਾ ਕੁਝ ਭੁੱਲ ਜਾਓ ਸਾਨੂੰ ਆਪਦੀ ਔਕਾਤ ਸਮਝ ਆ ਗਈ ਬਈ ਅਸੀਂ ਇਹਨਾਂ ਕੋਲੋਂ ਕੁਝ ਨਹੀਂ ਲੈ ਸਕਦੇ ਜੇ ਲੈ ਸਕਦੇ ਆ ਕੋਈ ਅਹੁਦੇਦਾਰੀ ਲੈ ਸਕਦੇ ਆ ਕੋਈ ਡੋਨੇਸ਼ਨ ਲੈ ਸਕਦੇ ਆ ਕੋਈ ਹੁਜੀਆਂ ਚੀਜ਼ਾਂ ਪਰ ਜਿਹੜਾ ਮਕਸਦ ਇਹ ਸੀਗਾ ਇੱਕ ਪੂਰੀ ਟੀਮ ਵਰਕ ਹੋ ਰਿਆ ਸੀ ਉਸ ਵੇਲੇ ਜੀ ਜੀ ਉਹਨਾਂ ਦਾ ਮਕਸਦ ਸੀ ਇਹ ਸਾਰਾ ਕੁਝ ਨੰਗਿਆਂ ਕਰਨਾ ਹਮਮ ਜਸਵੰਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਕੋਈ ਜ਼ਿੰਮੇਵਾਰੀ ਤਾਂ ਪੈਂਦੀ ਹੈ ਨਾ ਟੀਮ ਤੇ ਬਿਲਕੁਲ ਤੇ ਮੇਰੇ ਤੇ ਵੀ ਪੈਂਦੀ ਹੈ ਹਮਮ ਤੇ ਫਿਰ ਅਸੀਂ ਉਹਨਾਂ ਦਾ ਜਿਹੜਾ ਆਪਣੇ ਨਾਂ ਨਖੇੜਾ ਕਰਕੇ ਫਿਰ ਉਹਨਾਂ ਨੂੰ ਵੀ ਅਸੀਂ ਕੰਡੈਮਨ ਕਰਨਾ ਸ਼ੁਰੂ ਕਰਤਾ ਵੀ ਜਾਂ ਸਾਡਾ ਸਾਥ ਦਿਓ ਜਾਂ ਸਾਨੂੰ ਦੱਸੋ ਤੇ ਜਾਂ ਫਿਰ ਅਸੀਂ ਜਦੋਂ ਜਦੋਂ 95 ਚ ਉਹਨਾਂ ਨੇ ਮੈਨੀਫੈਸਟੋ ਦੇ ਵਿੱਚ ਤੁਸੀਂ ਦੱਸਿਆ ਲਿਖਿਆ ਸੀ ਕਿ ਹਾਂ ਇਹ ਇੱਕ ਇੱਕ ਗੱਲ ਦਾ ਹਿਸਾਬ ਮਿਲੂਗਾ ਯਾਨੀ ਕਿ ਜਿਹੜਾ ਇਹ ਦੌਰ ਸੀਗਾ ਅਨ ਆਇਡੈਂਟੀਫਾਈਡ ਲਾਸ਼ਾਂ ਉਹਨਾਂ ਬਾਰੇ ਉਹਨਾਂ ਨੇ ਬੇਸਿਕਲੀ ਕਿਹਾ ਸੀ ਜੋ ਪੰਜਾਬ ਦੇ ਵਿੱਚ ਹੋਇਆ ਉਸ ਤੋਂ ਬਾਅਦ ਸਾਰੀ ਲੁੱਟ-ਕੁੱਟ ਦਾ ਹਿਸਾਬ ਦੇਣਾ ਸਾਰੀ ਲੁੱਟ-ਕੁੱਟ ਦਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸਾਰਾ ਕੁਝ ਭੁੱਲ ਜੋ ਤੁਸੀਂ ਪਰ ਜਦੋਂ ਮੈਨੀਫੈਸਟੋ ਦੇ ਵਿੱਚ ਆਇਆ ਤੁਹਾਨੂੰ ਆਸਤਾਬੱਜੀ ਹੋਊਗੀ ਨਹੀਂ ਜੀ ਅਸੀਂ ਉਸ ਕੰਪੇਨ ਦੇ ਨਾਲ ਹੀ ਸੀਗੇ ਅਸੀਂ ਵਿੱਚ ਸੀ ਉਹਦੇ ਅੱਛਾ ਹਾਂਜੀ ਅਸੀਂ ਉਹ ਕੰਪੇਨ ਦਾ ਹਿੱਸਾ ਸੀਗੇ ਯਾਨੀ ਕਿ ਇੱਕ ਵੱਡਾ ਧੋਖਾ ਦਿੱਤਾ ਕੱਲ ਇਹ ਦਲ ਦੀ ਸਰਕਾਰ ਇਸ ਤੋਂ ਨਹੀਂ ਹੈਨਾ ਵੀ ਇੱਕ ਵੋਟਾਂ ਲੈਣ ਦੇ ਮਕਸਦ ਨਾਲ ਤੁਸੀਂ ਇੱਕ ਲਾਰਾ ਲਾ ਦਿਓ ਹੈਨਾ ਮੈਨੀਫੈਸਟੋ ਦਾ ਮਤਲਬ ਕੀ ਹੁੰਦਾ ਹੈ ਜੀ ਪਰਸਨਲੀ ਤੁਸੀਂ ਜਾ ਕੇ ਮਿਲੇ ਉਹਨਾਂ ਨੂੰ ਬਦਲ ਸਾਹਿਬ ਮੁੱਖ ਮੰਤਰੀ ਬਣ ਤੋਂ ਬਾਅਦ ਹਾਂਜੀ ਬਿਲਕੁਲ ਤੇ ਉਹਨਾਂ ਨੇ ਤਾਂ ਬਸ ਇਹੋ ਜਿਹਾ ਡਾਇਲੌਗ ਹੋਇਆ ਫਿਰ ਤੁਹਾਡਾ ਕੀ ਡਾਇਲੌਗ ਹੋਇਆ ਡਾਇਲੌਗ ਤਾਂ ਉਹਨਾਂ ਨੇ ਵੇਖੋ ਜੀ ਸਟੇਜ ਤੋਂ ਹੀ ਸਮਝ ਗਏ ਵੀ ਉਹਨਾਂ ਨੇ ਕੀ ਡਾਇਲੌਗ ਦਿੱਤਾ ਸੀ ਹਾਂ ਤੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਵਿਵਾ ਹੁਣ ਬੱਚੇ ਪਾਲੋ ਦੇ ਤੁਸੀਂ ਜਿਹੜੇ ਪੈਸੇ ਖਰਚ ਕਰ ਰਹੇ ਹੋ ਵੇਸਟ ਹੋ ਰਹੇ ਆ ਜੀ ਤੇ ਸਟੇਜਾਂ ਤੋਂ ਉਹਨੇ ਕਿਹਾ ਵੀ ਜੇ ਬੀਬੀ ਨੂੰ ਟਿਕਟ ਦੀ ਤਾਂ ਕੋਈ ਗੱਲ ਨਹੀਂ ਗੀ ਮੈਂ ਤਾਂ ਮੰਤਰੀ ਨੂੰ ਵੇਖਣਾ ਚਾਹੁੰਦਾ ਅੱਛਾ ਤੇ ਉਹ ਸਾਨੂੰ ਇੰਡੀਕੇਟ ਕਰ ਰਹੇ ਸੀਗੇ ਵੀ ਤੁਸੀਂ ਕਿਹੜੇ ਪਾਸੇ ਨੂੰ ਤੁਰਨਾ ਹੈ ਦੇਖੋ ਸਾਡੀ ਜੀਨੀ ਕਿਹੜੇ ਪਾਸੇ ਨੂੰ ਤੁਰਦੀ ਆ ਇਹ ਸਾਡਾ ਫੈਸਲਾ ਸੀ ਯਾਨੀ ਕਿ ਉਹਨਾਂ ਦਾ ਕਹਿਣਾ ਮਤਲਬ ਸੀ ਜੇ ਚੁੱਪ ਹੋ ਜੂਗੇ ਤਾਂ ਮੰਤਰਾਲਾ ਵੀ ਮਿਲ ਜਾਊ ਸਭ ਕੁਝ ਮਿਲ ਜਾਊਗਾ ਜੀ ਵੀ ਤੁਸੀਂ ਆਪਣੇ ਬੱਚੇ ਪਾਲੋ ਸੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀਗਾ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸੀਗੇ ਭਾਈ ਜਸਵੰਤ ਸਿੰਘ ਖਾਲੜਾ ਮੈਂ ਹੁਣੇ ਬੀਬੀ ਜਗੀਰ ਕੌਰ ਦਾ ਇੱਕ ਬਿਆਨ ਸੁਣ ਰਹੀ ਸੀ ਇੱਕ ਟੀਵੀ ਤੇ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਇੱਕ ਅਹੁਦੇ ਤੇ ਰਹਿੰਦਿਆਂ ਹੋਇਆਂ ਉਹਨਾਂ ਨੇ ਆਹ ਸਾਰਾ ਕੁਝ ਕੀਤਾ ਅਨ ਆਈਡੈਂਟੀਫਾਈਡ ਲਾਸ਼ਾਂ ਨੂੰ ਜਿਹੜਾ ਉਹਨਾਂ ਨੇ ਨਾਮ ਦਿੱਤੇ ਇਹ ਸ਼ਾਇਦ ਪਹਿਲੀ ਵਾਰੀ ਮੈਂ ਸੁਣ ਰਹੀ ਹਾਂ ਅਕਾਲੀ ਦਲ ਇਹੋ ਜਿਹਾ ਕਹਿ ਰਿਹਾ ਹਾਂ ਹਾਂਜੀ ਉਹਨਾਂ ਦੀ ਮੈਨੂੰ ਲੱਗਦਾ ਹੁਣ ਤਾਂ ਉਹਨਾਂ ਦੇ ਗਲੇ ਦੀ ਹੱਡੀ ਬਣ ਗਈ ਹੈ ਗੈਸ ਪਹਿਲਾਂ ਉਹ 24 ਸਾਲ ਨਹੀਂ ਬੋਲੇ ਹਮ ਅੱਜ ਉਹ ਕਹਿੰਦੇ ਆ ਵੀ ਸ਼੍ਰੋਮਣੀ ਇਹ ਸ਼੍ਰੋਮਣੀ ਅਕਾਲੀ ਦਲ ਦਾ ਹੀ ਅਹੁਦੇਦਾਰ ਸੀਗਾ ਜਸਵੰਤ ਸਿੰਘ ਗੜਾ ਤੇ ਉਹਨਾਂ ਨੇ ਸਾਡੀ ਸੰਸਥਾ ਦੇ ਵਿੱਚ ਰਹਿ ਕੇ ਹੀ ਇਹ ਕੰਮ ਕੀਤੇ ਮੇਰਾ ਸਵਾਲ ਇਹ ਹੈ ਕਿ ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣਾ ਅਹੁਦੇਦਾਰ ਨਹੀਂ ਮੰਨਿਆ ਕੀ ਤੁਸੀਂ ਉਹਨਾਂ ਨੂੰ ਇਹ ਨਹੀਂ ਸੋਚਿਆ ਵੀ ਉਹਦੇ ਨਾਲ ਇੱਡਾ ਵੱਡੀ ਘਟਨਾ ਘਟ ਗਈ ਹੈ ਕੀ ਅਸੀਂ ਉਹਦਾ ਕਦੇ ਕਿਤੇ ਸਾਰ ਲਿਆ ਹੋਵੇ ਕਦੇ ਵੇਖਿਆ ਵੀ ਹੋਵੇ ਬੜੀ ਮਜ਼ੇ ਦੀ ਗੱਲ ਹੈ ਵੀ ਕਈ ਵਾਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹ ਕੇਸ ਕੌਣ ਲੜਦਾ ਕਿਵੇਂ ਹੈ ਨਾ ਤੇ ਕੋਈ ਵੀ ਇਹਨਾਂ ਦੇ ਵੱਡੇ ਵੱਡੇ ਮੰਤਰੀ ਜਿਹੜੇ ਉਹਨੂੰ ਜਦੋਂ ਸਵਾਲ ਪੁੱਛਿਆ ਜਾਂਦਾ ਉਸ ਤੋਂ ਕਹਿੰਦੇ ਸੀ ਸ਼੍ਰੋਮਣੀ ਕਮੇਟੀ ਇਹ ਕੇਸ ਲੜਦੀ ਹੈ ਅੱਛਾ ਜਦੋਂ ਕਿ ਇਹ ਬਿਲਕੁਲ ਵੀ ਕਦੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲੀ ਦਲ ਨੇ ਨਹੀਂ ਇਸ ਵੱਲ ਧਿਆਨ ਹੀ ਨਹੀਂ ਕੀਤਾ ਸਭ ਚੁੱਪ ਜ਼ਰੂਰ ਕਰ ਗਏ ਹੂੰ 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 ਕੁਛ ਵੀ ਨਹੀਂ ਬੋਲੇ ਚੁੱਪ ਕੁਛ ਵੀ ਨਹੀਂ ਬੋਲੇ ਚੁੱਪ ਤੇ ਬਹੁਤ ਮਾੜੀ ਹੁੰਦੀ ਹੈ ਨਾ ਮਦਦ ਕੀਤੀ ਨਾ ਵਿਰੋਧ ਕੀਤਾ ਨਾ ਨਾ ਕੁਛ ਵੀ ਨਹੀਂ ਕੀਤਾ ਮਾਸਾ ਨੂੰ ਇਹ ਹੋ ਹੀ ਰਿਹਾ ਵੀ ਬਾਦਲ ਨੇ ਕਦੇ ਸਾਡਾ ਇਹ ਵੀ ਨਹੀਂ ਕਿਹਾ ਵੀ ਵਿਰੋਧ ਕੀਤਾ ਵੀ ਅਸੀਂ ਚੈਲੰਜ ਕੀਤਾ ਹੈ ਸਟੇਟ ਨੂੰ ਚੈਲੰਜ ਕੀਤਾ ਹੈ ਅਸੀਂ ਕੋਰਟਾਂ ਨੂੰ ਦੇ ਵਿੱਚ ਜਾ ਕੇ ਕਾਨੂੰਨ ਨੂੰ ਵੀ ਚੈਲੰਜ ਕੀਤਾ ਸਾਨੂੰ ਦੱਸੋ ਤਾਂ ਸਹੀ ਹਮ ਕਿਉਂ ਜਸਵੰਤ ਸਿੰਘ ਖਾਲੜਾ ਨੂੰ ਤੁਸੀਂ ਘਰੋਂ ਲੈ ਗਏ ਕਿਉਂ ਇਹ ਘਟਨਾ ਵਾਪਰੀ ਜੀ ਐਟ ਦੀ ਐਂਡ ਜਿਹੜਾ ਇਹ ਕੇਸ ਹੈ ਨਾ ਇੱਥੇ ਨਿਬੜਿਆ ਉਹਨਾਂ ਨੇ ਕਿਹਾ ਪੁਲਿਸ ਨੇ ਜੋ ਸਟੇਟਮੈਂਟ ਉੱਥੇ ਆਪਣਾ ਐਫੀਡੇਵਿਟ ਲਾਇਆ ਵੀ ਨਾ ਇਹ ਵੰਦਾ ਸੰ ਚਾਹੀਦਾ ਸੀ ਨਾ ਅਸੀਂ ਲੈ ਕੇ ਆਏ ਤਾਂ ਕੋਰਟ ਨੇ ਜਿਹੜਾ ਕਨਕਲੂਜਨ ਲਾਸਟ ਤੇ ਕੱਢਿਆ ਸੁਪਰੀਮ ਕੋਰਟ ਨੇ ਜੀ ਤਾਂ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਨਹੀਂ ਲੈ ਕੇ ਆਏ ਹਾਂ ਤਾਂ ਤੁਸੀਂ ਤੇ ਚੁੱਕਿਆ ਨਹੀਂ ਤੇ ਫਿਰ ਤੁਸੀਂ ਪਰਮਜੀਤ ਗੌਰ ਦਾ ਸਾਫ਼ ਦੇਣਾ ਤੁਹਾਨੂੰ ਚਾਹੀਦਾ ਸੀ ਤੁਸੀਂ ਡਿਫੈਂਸ ਵਿੱਚ ਆ ਗਏ ਤੁਸੀਂ ਆਪਣਾ ਬਚਾਅ ਕਰਨ ਲੱਗ ਗਏ ਤੁਸੀਂ ਸਾਰੇ ਗਵਾਹਾਂ ਤੇ ਕੇਸ ਦਰਜ ਕੀਤੇ ਜੀ ਹੈਨਾ ਤੇ ਫਿਰ ਧਮਕੀਆਂ ਦਿੱਤੀਆਂ ਅਖਬਾਰਾਂ ਦੇ ਵਿੱਚ ਸਾਰਾ ਕੁਝ ਪ੍ਰੋਪਰ ਆਉਂਦਾ ਰਿਹਾ ਵੀ ਇਹ ਇਸ ਕਰਕੇ ਤੁਸੀਂ ਜ਼ਿੰਮੇਵਾਰ ਹੈਂ ਬਸ ਇਹ ਲਾਸਟ ਐਂਡ ਹੈ ਨਾ ਤਾਂ ਸਾਨੂੰ ਕੋਈ ਉਹਨਾਂ ਦੀ ਡੈੱਡ ਬੋਡੀ ਦਾ ਕਲੂ ਦਿੱਤਾ ਗਿਆ ਨਾ ਜਿਹੜੇ ਇੰਨੇ ਲੋਕ ਮਾਰੇ ਗਏ ਕਿਉਂਕਿ ਇੱਕ ਬੜੀ ਵੱਡੀ ਇਹ ਟਰੈਜੇਡੀ ਹੈ ਕਿ ਜਿਹੜੇ ਲੋਕ ਮਾਰੇ ਗਏ ਹਨ ਉਹ ਕਈ ਵਾਰੀ ਐਂਜ ਵੀ ਹੋਇਆ ਜਿਵੇਂ ਪਰਮਪਾਲ ਨੇ ਆ ਜਿਹੜਾ ਉਮਰਾਨੰਗਰ ਹੈ ਜੀ ਪਰਮਰਾਜ ਸਿੰਘ ਉਮਰਾਨੰਗਰ ਪਰਮਰਾਜ ਸਿੰਘ ਉਮਰਾਨੰਗਰ ਹਮ ਇਹਨੇ ਇੱਕ ਇਥੇ ਕੇਸ ਹੈ ਮੈਂ ਤੁਹਾਨੂੰ ਰਿਪੋਰਟ ਵੀ ਉਹ ਦੀ ਇਸ ਗੱਡੀ ਆ ਦਿਖਾ ਦਾਂਗੇ ਜ਼ਰੂਰ ਉਹ ਕਹਿੰਦਾ ਵੀ ਜਿਹੜੇ ਇੱਕ ਬੰਦੇ ਦੇ ਸਿਰ ਤੇ ਸੁਖਪਾਲ ਸਿੰਘ ਸੀਗਾ ਉਹਦਾ ਨਾਮ ਹਮ ਹਮ ਉਹਨੂੰ ਮਾਰਤਾ ਉਹਦਾ ਇਨਾਮ ਲੈ ਲਿਆ ਤੇ ਜਿਹੜੇ ਬੰਦੇ ਨੂੰ ਮਾਰਿਆ ਗਿਆ ਉਹ ਜਿਉਂਦਾ 15-20 ਸਾਲਾਂ ਬਾਅਦ ਬਾਹ ਆ ਜਾਂਦਾ ਏ ਹੂੰ ਔਰ ਉਹਨੇ ਪਬਲੀਕਲੀ ਸਾਰਾ ਕੇਸ ਆ ਉਹਦਾ ਬਾਹ ਬਿਲਕੁਲ ਪਾਈ ਬੰਡਾਲਾ ਪਾਈ ਬੰਡਾਲਾ ਬਿਲਕੁਲ ਹਾਂਜੀ ਕੇਸੀ ਇੱਕ ਟੈਰਰਿਸਟ ਮਾਰਤਾ ਇੱਕ ਟੈਰਰਿਸਟ ਮਾਰ ਕੇ ਤੇ ਇਨਾਮ ਲੈਣ ਲੇ ਤਰੱਕੀਆਂ ਲੈ ਲਈ ਮੈਂ ਅੱਗੇ ਵੀ ਕਹਿਨੀ ਆ ਅੱਜ ਵੀ ਕਹਿਨੀ ਆ ਵੀ ਜਿਹੜੀਆਂ ਤਰੱਕੀਆਂ ਇਹਨਾਂ ਨੇ ਲਈਆਂ ਹੂੰ ਜੋ ਕੁਛ ਵੀ ਇਹਨਾਂ ਦੇ ਫੀਤੀਆਂ ਲੱਗੀਆਂ ਜੋ ਇਹਨਾਂ ਨੇ ਇਨਾਮ ਲਏ ਆ ਝੂਠੇ ਇਨਾਮ ਲਏ ਆ ਵੀ ਬੰਦੇ ਦੋ ਮਾਰਦੇ ਤੇ ਦੋ ਬੰਦੇ ਇੱਕ ਨਾਂ ਤੇ ਦੋ ਬੰਦੇ ਮਾਰਦੇ ਤੇ ਇਨਾਮ ਦੋ ਦੋ ਟੀਮਾਂ ਲੈ ਗਏ ਜੀ ਉਹ ਨਾ ਆਪਣੀ ਅਸੈਂਬਲੀ ਦੇ ਵਿੱਚ ਰਿਕਾਰਡ ਪਿਆ ਬਿਆਨਤ ਸਿੰਘ ਦੇ ਟਾਈਮ ਅੱਛਾ ਮੈਂ ਤਾਂ ਚਾਹਨੀ ਹੈ ਮੈਂ ਇੱਕ ਮਤਲਬ ਐਨੀ ਮੇਰੀ ਸਮਰੱਥਾ ਤੋਂ ਬਾਹਰ ਨਹੀਂ ਪਰ ਮੈਂ ਤੁਹਾਨੂੰ ਦੱਸ ਰਹੀ ਹਾਂ ਸਮਰੱਥਾ ਨਹੀਂ ਹੁੰਦੀ ਐਨੀ ਬੰਦੇ ਦੀ ਹੂੰ ਵੀ ਅਸੈਂਬਲੀ ਦੇ ਵਿੱਚ ਉਹ ਰਿਕਾਰਡ ਤੱਕ Đਾਓ ਵੀ ਕਿਹੜਾ ਕਿਹੜਾ ਪੁਲਿਸ ਅਫਸਰ ਕਢਾਉ ਕੋ ਬੰਦੇ ਮਾਰ ਕੇ ਅਸੈਂਬਲੀ ਦੇ ਰਿਕਾਰਡ ਤੇ ਪਿਆ ਹੈ ਹਮ ਬਿਲਕੁਲ ਉਹੀ ਤਾਂ ਗੱਲ ਹੈ ਕਿ ਕਢਾਉ ਕੌਣ ਕਢਾਉ ਕੌਣ ਨਹੀਂ ਉਹ ਫਿਰ ਸਾਨੂੰ ਚਾਹੀਦਾ ਵੀ ਜਦੋਂ ਅਕਾਲੀਆਂ ਦੀ ਸਰਕਾਰ ਆਉਂਦੀ ਆ ਜਦੋਂ ਪੰਥਕ ਸਰਕਾਰ ਆਉਂਦੀ ਆ ਤੇ ਇਸ਼ੂ ਬਣਾ ਕੇ ਇਸ ਗੱਲ ਨੂੰ ਅੱਗੇ ਲੈ ਕੇ ਜਾਣ ਜੀ ਵਿਦਯੋ ਜੀ ਸਾਨੂੰ ਰਿਕਾਰਡ ਪਰ ਇਹ ਪਾਸਾ ਹੀ ਵੱਟ ਰਹੀਆਂ ਵੀ ਇਹ ਇਸ ਪਾਸੇ ਪਾਉ ਹੀ ਨਾ ਪਬਲਿਕ ਨੂੰ ਆਟਾ ਦਾਲ ਸਕੀਮ ਹੋਰ ਨਿੱਕੀਆਂ ਨਿੱਕੀਆਂ ਇੱਕ ਦੂਜੇ ਦੇ ਪਰਚੇ ਦਰਜ ਕਰੋ ਇਹੋ ਜਿਹਾ ਥਾ ਮਤਲਬ ਉਲਝਾਈ ਰੱਖੋ ਉਲਝਾਈ ਰੱਖੋ ਤੇ ਵੋਟਾਂ ਲਓ ਤੇ ਰਾਜ ਕਰੋ ਜੀ ਬਿਲਕੁਲ ਬੀਬੀ ਜੀ ਪਰਮਜਾਤ ਸਿੰਘ ਉਮਰਾਂ ਨੰਗਲ ਦੀ ਤੁਸੀਂ ਗੱਲ ਕੀਤੀ ਹੈ ਇਹੋ ਜੇ ਕਈ ਪੁਲਿਸ ਅਫਸਰ ਹੋਣਗੇ ਜਿਨ੍ਹਾਂ ਦੀਆਂ ਜਿਹੜੀਆਂ ਫੀਤੀਆਂ ਨੇ ਉਹ ਨੌਜਵਾਨਾਂ ਦੇ ਖੂਨ ਨਾਲ ਰੰਗੀਆਂ ਹੋਈਆਂ ਨੇ ਉਸ ਵੇਲੇ ਦੇ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਸੀਗੇ ਤੇ ਹੋਰ ਕਿਹੜੇ ਪੁਲਿਸ ਅਧਿਕਾਰੀ ਜਿਨ੍ਹਾਂ ਦਾ ਤੁਸੀਂ ਨਾਮ ਕੇਪੀਐਸ ਗਿੱਲ ਤਾਂ ਸਾਰਾ ਮਾਸਟਰਮਾਈਂਡ ਹੀ ਉਹਦਾ ਹਮ ਠੀਕ ਹੈ ਉਹਨੂੰ ਹਦ ਤੱਕ ਕਿ ਧੋਵੇਂ ਆਈਆਂ ਹੁਣ ਕੌਨਸਪੀਰੇਟਰ ਹੋ ਹੈ ਜੀ ਮੈਂ ਸਮਝਦੀ ਆ ਤੇ ਜਿਹੜਾ ਸੁਮੇਧ ਸੈਣੀ ਹੈ ਉਹਦੇ ਬਾਰੇ ਪਬਲਿਕ ਨਹੀਂ ਤਾਂ ਹਲੇ ਜਿਉਂਦੇ ਨੇ ਉਹ ਤਾਂ ਹਲੇ ਜਿਉਂਦੇ ਆ ਜਦੋਂ ਸੁਮੇਧ ਸੈਣੀ ਨੇ ਇੰਨੇ ਮੁੰਡੇ ਮਾਰੇ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੇ ਫਾਦਰ ਉਹਦੇ ਮਾਸੜ ਜੀ ਫਿਰ ਉਹਦੇ ਪਰਿਵਾਰ ਦੇ ਮੈਂਬਰ ਜਿਹੜੇ ਉਹਨੇ ਅੱਗ ਲਾ ਕੇ ਇੱਕ ਇਸ਼ੂ ਬਣਾ ਲਿਆ ਉਹਨਾਂ ਨੂੰ ਵੀ ਸਾੜਿਆ ਹੂੰ ਹੂੰ ਤੇ ਫਿਰ ਇਹਨੂੰ ਵਿਜੀਲੈਂਸ ਦਾ ਚੀਫ ਲਾਇਆ ਬਿਲਕੁਲ ਹਾਂਜੀ ਵਿਜੀਲੈਂਸ ਦਾ ਚੀਫ ਲਾ ਕੇ ਕੀ ਕੰਮ ਕਰਾਇਆ ਗਿਆ ਇਹਦੇ ਕੋਲ ਇਹਦੇ ਕੋਲ ਬਾਦਲ ਪਰਵਾਰ ਨਹੀਂ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਕੇਸ ਸੀ ਉਹ ਸਾਰੇ ਗਵਾਹ ਮਕਰਾਈ ਠੀਕ ਹੈ ਸਾਰੇ ਗਵਾਹ ਮੁਕਰੇ ਤੇ ਬਾਦਲ ਬਰੀ ਹੋ ਗਿਆ ਉਸ ਤੋਂ ਬਾਅਦ ਉਹਨੂੰ ਫੇਰ ਇੱਕ ਗਿਫਟ ਦਿੱਤਾ ਗਿਆ ਡੀਜੀਪੀ ਲਾਇਆ ਜੀ ਬਿਲਕੁਲ ਵੀ ਸਰਕਾਰਾਂ ਦੀਆਂ ਇਹ ਪਾਲিসੀਆਂ ਮਨੁੱਖਤਾ ਦੀ ਹਾਮੀ ਨਹੀਂ ਵੀ ਜਿਹੜਾ ਬੰਦਾ ਜ਼ੁਲਮ ਕਰਦਾ ਉਹਨੂੰ ਤੁਸੀਂ ਰੈਕੋਗਨਾਈਜ਼ ਕਰਦੇ ਹੋ ਉਹਨੂੰ ਤੁਸੀਂ ਅਹੁਦੇ ਬਖਸ਼ਦੇ ਹੋ ਬਸ ਇਹੋ ਹੀ ਲੜਾਈ ਹੈ ਮੈਨੂੰ ਖੇਡ ਘਰ ਦੀ ਬਿਲਕੁਲ ਜਦੋਂ ਭਾਈ ਖਾਲੜਾ ਜਸਵੰਤ ਸਿੰਘ ਖਾਲੜਾ ਨੇ ਵੀ ਕੇਪੀਐਸ ਗਿੱਲ ਨੂੰ ਪੁੱਛਿਆ ਸੀਗਾ ਜਿਹੜੀ ਡਿਸ ਅਪੀਅਰੈਂਸ ਸੀਗੀ ਉਸ ਵੇਲੇ ਸਿੱਖ ਨੌਜਵਾਨਾਂ ਦੀ ਤੇ ਉਸ ਦੇ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਇੱਕ ਬੜਾ ਬਚਕਾਨਾ ਉੱਤਰ ਦਿੱਤਾ ਸੀ ਕਿ ਉਹ ਮੁੰਡੇ ਕਿੱਥੇ ਚਲੇ ਗਏ ਹਾਂਜੀ ਤੁਹਾਡੀ ਕਦੇ ਉਹਨਾਂ ਨਾਲ ਹੋਈ ਮੁਲਾਕਾਤ ਕੇਪੀਐਸ ਗਿੱਲ ਨਾਲ ਕਦੇ ਆਮੋ ਸਾਹਮਣਾ ਹੋਇਆ ਜਾਂ ਕੋਈ ਡਾਇਲੌਗ ਹੋਇਆ ਨਹੀਂ ਜੀ ਕੇਪੀਐਸ ਗਿੱਲ ਨਾਲ ਮੇਰਾ ਬਾਅਦ ਵਿੱਚ ਜਿਵੇਂ ਕਈ ਵਾਰੀ ਕੋਈ ਚੈਨਲ ਵਾਲੇ ਉਹਨੂੰ ਕਰ ਲੈਂਦੇ ਸੀ ਨਾਲ ਲਾ ਲੈਂਦੇ ਸੀ ਲਾਈਵ ਤੇ ਹਾਂ ਲਾਈਵ ਕਰ ਲੈਂਦੇ ਸੀ। ਤੇ ਆ ਬਿਲਕੁਲ ਮੇਰਾ ਕਦੇ ਉਹਨਾਂ ਨਾਲ ਸਾਹਮਣਾ ਨਹੀਂ ਹੋਇਆ। ਮੈਨੂੰ ਲੱਗਦਾ ਜਸਵੰਤ ਸਿੰਘ ਨਵਨੀ ਉਹ ਨਹੀਂ ਕਦੇ ਉਪਿੰਦਾ ਸੀਗਾ। ਵੀ ਤੂੰ ਦੱਸਦੇ ਨਹੀਂ ਚਾਹੀਦਾ ਕੀ ਹੈ। ਤੂੰ ਆ ਕੇ ਸਾਡੇ ਨਾਲ ਗੱਲ ਕਰ। ਪਰ ਜਸਵੰਤ ਸਿੰਘ ਨੇ ਕਲੀਅਰਲੀ ਇਹ ਗੱਲ ਕਹਤੀ ਸੀਗੀ ਵੀ ਮੈਂ ਤਾਂ মিডিਏ ਰਾਹੀਂ ਗੱਲ ਕਰੂੰਗਾ। ਬਿਲਕੁਲ। ਮੈਂ ਕਿਸੇ ਨਾਲ ਲੁੱਕ ਕੇ ਛੁਪ ਕੇ ਕੋਈ ਗੱਲ ਨਹੀਂ ਕਰਨੀ। ਆ ਜੀ ਸਿੰਘ ਸੰਧੂ ਵੀ ਇਹੀ ਕਹਿੰਦਾ ਸੀ। ਵੀ ਤੂੰ ਆ ਕੇ ਮੇਰੇ ਮਿਲ ਤੇ ਸਹੀ। ਅੱਛਾ। ਪਰ ਜਸਵੰਤ ਸਿੰਘ ਖਾਲੜਾ ਦਾ ਜਿਹੜਾ लेवल सिगा इस केस ਦਾ ਲੈਵਲ ਸੀਗਾ ਉਹਨਾਂ ਨੇ ਉਹਨੂੰ ਧਿਆਨ ਚ ਰੱਖ ਕੇ ਇਹੋ ਜਿਹਾ ਕੋਈ ਸਮਝਾਤਾ ਨਹੀਂ ਕੀਤਾ ਉਹਨਾਂ ਨੇ মিডিਆ ਚ ਹਰ ਗੱਲ ਰੱਖੀ ਜੀਪੀਐਸ ਗੱਲ ਨਹੀਂ ਇਹਨਾਂ ਨੇ ਬਿਆਨ ਦਿੱਤਾ ਵੀ ਅਸੀਂ ਸਾਡੇ ਕੋਲੇ ਰਿਕਾਰਡ ਹੈ ਜਿਹੜੇ ਮੁੰਡੇ ਇਸ ਤਰ੍ਹਾਂ ਲਾਪਤਾ ਹੋਏ ਆ ਤੇ ਉਹਨਾਂ ਬਾਰੇ ਤਾਂ ਵੇ ਭੀ ਇਸ ਗੱਲ ਨੂੰ ਅੰਮ੍ਰਿਤਸਰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪਈ ਬਿਲਕੁਲ ਉਹਨੇ ਕਿਹਾ ਵੀ ਇਹ ਮਨੁੱਖੀ ਅਧਿਕਾਰਾਂ ਵਾਲੇ ਝੂਠ ਮਾਰਦੇ ਆ ਤੇ ਮੁੰਡੇ ਤਾਂ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਤੇ ਜਾਂ ਇਹ ਬੰਗਲਾਦੇਸ਼ੀ ਆ ਤੇ ਜਾਂ ਬੈਗਰਸ ਇੱਕ ਵੱਡਾ ਮਜ਼ਾਕ ਬਹੁਤ ਵੱਡਾ ਵੀ ਬੈਗਰਸ ਤੱਕ ਕਹਿਤਾ ਉਹਨੇ ਸਾਡੇ ਉਹਨਾਂ ਲਾਸ਼ਾਂ ਨੂੰ ਜਿਹੜੀਆਂ ਘਰਲਾ ਸਰ ਕਹਿੰਦੇ ਸੀ ਵੀ ਲਾਸ਼ਾਂ ਦਾ ਵੀ ਮਨੁੱਖੀ ਹੱਕ ਹੁੰਦਾ ਹੈ ਬਿਲਕੁਲ ਇੱਕ Laash ਦਾ ਵੀ ਅਧਿਕਾਰ ਹੈ ਕੋਈ ਵੀ ਮੈਨੂੰ ਪ੍ਰੋਪਰ ਢੰਗ ਨਾਲ ਉਹ ਮੇਰਾ ਕਰਮਿਸ਼ਨ ਹੋਵੇ ਵੀ ਮੈਨੂੰ ਮੇਰੀ ਅਰਦਾਸ ਹੋਵੇ ਬਿਲਕੁਲ ਹੈਨਾ ਤੇ ਇਹ ਗੱਲਾਂ ਦਾ ਤਾਂ ਕੀ ਧਿਆਨ ਰੱਖਣਾ ਸੀਗਾ ਦੇ 10 10 15 15 ਬੱਚਿਆਂ ਦੀਆਂ Laashਾਂ ਇਕੱਠੀਆਂ ਤੇਲ ਪਾ ਕੇ ਆਹ ਤੇ ਸੜੀਆਂ Laashਾਂ ਨੂੰ ਫਿਰ ਕੁੱਤੇ ਕਿਹੜੀ ਸੀ ਫਿਰਦੇ ਸੀ ਹਮ ਇੱਕ ਮਸਲਾ ਹੈ ਇੱਕ ਬਹੁਤ ਵੱਡਾ ਮਸਲਾ ਇਹ ਭਾਵੇਂ ਸਰਕਾਰਾਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਹ ਦਬਾਇਆ ਨਹੀਂ ਜਾ ਸਕਦਾ ਦਬਾਇਆ ਨਹੀਂ ਨਹੀਂ ਜਾ ਸਕਦਾ ਲੋਕ ਜਾਗਰੂਕ ਹੋ ਚੁੱਕੇ ਨੇ ਤੁਸੀਂ ਕਿਹਾ ਕਿ ਲਾਈਵ ਕਦੇ-ਕਦੇ ਜੁੜਦੇ ਹੁੰਦੇ ਸੀ ਕੇਪੀਐਸ ਗੱਲ ਜੋ ਟੀਵੀ ਤੇ ਲੈਂਦੇ ਸੀ ਆਬਵੀਅਸਲੀ ਗੱਲ ਇਹੀ ਕਰਦੇ ਹੋਣਗੇ ਟੀਵੀ ਵਾਲੇ ਉਦੋਂ ਕੀ ਕੇਪੀਐਸ ਗੱਲ ਕਹਿੰਦਾ ਹੁੰਦਾ ਸੀ ਕੀ ਬਿਆਨ ਉਹ ਦਿੰਦਾ ਸੀ ਬੀਬੀ ਨੇ ਲਾਈਵ ਕੀਤਾ ਸੀਗਾ ਇੱਕ ਤਾਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੋ ਜੀ ਜੱਥੇਦਾਰ ਉੱਥੋਂ ਹੁਕਮ ਕਰੀ ਜਾਂਦੇ ਆ ਉਹ ਕੂਟਾਂ ਮੰਨੀ ਜਾਂਦੀਆਂ ਕੇਪੀਐਸ ਗੱਲ ਨੇ ਕੀ ਕੇਪੀਐਸ ਗੱਲ ਨੇ ਇੱਕ ਜਵਾਬ ਦਿੱਤਾ ਸੀ ਜਦੋਂ ਖਾਲਸਾ ਸਾਹਿਬ ਬਾਰੇ ਕਿਉਂਕਿ ਜੱਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਵੀ ਇੱਕ ਟੈਲੀਗ੍ਰਾਮ ਕੀਤੀ ਸੀਗੀ ਅੱਛਾ ਕਹਿੰਦਾ ਵੀ ਕੋਰਟਾਂ ਉਹੀ ਮੰਨੀ ਜਾਂਦੀਆਂ ਜੋ ਜੱਥੇ ਕਰ ਤੋਂ ਭੇਜੀ ਜਾਂਦੇ ਆ ਕੀ ਟੈਲੀਗ੍ਰਾਮ ਚ ਕੀ ਸੀ ਟੈਲੀਗ੍ਰਾਮ ਇਹਨਾਂ ਦੀ ਅਬਡਕਸ਼ਨ ਮਾਰੀ ਸੀ ਹੂੰ ਹੂੰ ਉਹਨਾਂ ਨੇ ਮਤਲਬ ਕਿਹਾ ਸੀ ਪਹਿਲੇ ਦਿਨ ਹੀ ਉਹਨਾਂ ਨੇ ਟੈਲੀਗ੍ਰਾਮ ਕੀਤੀ ਆ ਤੇ ਉਧਰੋਂ ਮੈਂ ਵੀ ਕੋਰਟ ਦੇ ਵਿੱਚ ਪਹੁੰਚ ਗਈ ਦੋਨਾਂ ਦੇ ਆਧਾਰ ਤੇ ਕੇਸ ਲੱਗਿਆ ਸੀ ਅੱਛਾ ਤੇ ਦੂਜਾ ਉਹਨੇ ਕਿਹਾ ਵੀ ਕਿਤੇ ਮੰਨਿਆ ਉਹਨੇ ਵੀ ਗਲਤੀਆਂ ਹੋਈਆਂ ਅੱਛਾ ਕਪੀਐਸ ਗੱਲਨੇ ਕਿ ਮੇਰੇ ਤੋਂ ਗਲਤੀਆਂ ਹੋਈਆਂ ਨਹੀਂ ਮੇਰੇ ਤੋਂ ਨਾ ਕਿਹਾ ਹੋਗਾ ਨੇ ਕਿ ਕੁਝ ਗਲਤੀਆਂ ਇਸ ਟਾਈਮ ਦੇ ਵਿੱਚ ਹੋਈਆਂ ਜੀ ਪਰ ਉਹ ਜਿਹੜੀ ਸਟੇਟ ਸੀਗੀ ਜਾਂ ਆਪਣੀ ਉਹਨਾਂ ਨੇ ਇਹਨੂੰ ਇੱਕ ਮਸੀਹਾ ਬਣਾਇਆ ਸੀ ਵੀ ਇਹ ਨੇ ਸ਼ਾਇਦ ਸ਼ਾਂਤੀ ਲੈ ਆਉਂਦੀ ਆ ਪਰ ਜਿਹੜੀ ਸ਼ਮਸ਼ਾਨ ਘਾਟਾਂ ਦੀ ਚੁੱਪ ਉਹ ਸ਼ਾਂਤੀ ਨਹੀਂ ਹੁੰਦੀ ਉੱਥੇ ਰੌਲਾ ਪਿਆ ਹੋਇਆ ਹੂੰ ਇਹ ਸ਼ਾਂਤੀ ਨਹੀਂ ਹੁੰਦੀ ਜਿੰਨਾ ਮਾਵਾਂ ਦੇ ਬੱਚੇ ਤੁਸੀਂ ਘਰਾਂ ਤੋਂ ਲੈ ਗਈਆਂ ਕੋ ਕੋ ਕੇ ਮਾਰੇ ਆ ਤੁਸੀਂ ਤੁਸੀਂ ਵੇਖਿਆ ਇਹ ਹਾਲਾਤ ਤੁਸੀਂ ਸੁਣਿਆ ਵੇਖਿਆ ਤਾਂ ਨਹੀਂ ਤੁਸੀਂ ਸੁਣਿਆ ਅਸੀਂ ਵੇਖਿਆ ਬਿਲਕੁਲ ਤੇ ਉਹ ਤੁਸੀਂ ਇਹਨੂੰ ਐਵੇਂ ਮਿੱਟੀ ਪਾਉਣਾ ਚਾਹੋ ਤੇ ਨਹੀਂ ਪੈਣੀ ਇਤਿਹਾਸ ਬੜੀ ਚੀਜ਼ ਹੈ ਇਤਿਹਾਸ ਦੇ ਵਿੱਚ ਜੋ ਵੀ ਸੱਚ ਹੈ ਨਾ ਭਾਵੇਂ ਕਿੰਨਾ ਹੀ ਕੋਈ ਦਬਾਉਣ ਦੀ ਕੋਸ਼ਿਸ਼ ਕਰੇ ਉਹ ਫਿਰ ਨਿਕਲਦਾ ਹੈ ਬਿਲਕੁਲ ਹਾਂਜੀ ਤੇ ਅਸੀਂ ਜੋਰ ਲਾਇਆ ਵੀ ਇਹ ਚਲੋ ਜੇ ਕੁਝ ਵੀ ਨਹੀਂ ਨਾ ਹੁੰਦਾ ਤੇ ਸਾਡੇ ਇਤਿਹਾਸ ਦਾ ਇੱਕ ਪਾਠ ਤਾਂ ਬਣੇ ਇਹ ਲਾਸ਼ਾਂ ਜਿਹੜੀਆਂ ਆਪਣੀ ਪਛਾਣ ਮੰਗਦੀਆਂ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀਗਾ ਮੈਂ ਇਹਨਾਂ ਲਾਸ਼ਾਂ ਨੂੰ ਦੇ ਡੈਥ ਸਰਟੀਫਿਕੇਟ ਚਾਹਨਾ ਹੈ ਹੂੰ ਇਹ ਮਸਲਾ ਹੈ ਮਨੁੱਖੀ ਅਧਿਕਾਰਾਂ ਦਾ ਮਸਲਾ ਮਨੁੱਖੀ ਅਧਿਕਾਰਾਂ ਦਾ ਬਿਲਕੁਲ ਬੀਬੀ ਜੀ 95 ਤੋਂ ਬਾਅਦ 98 ਤੱਕ 3 ਸਾਲ ਭੰਬਲਪੂਸੇ ਦੇ ਵਿੱਚ ਰਹੇ ਤੁਸੀਂ ਪਤਨੀ ਉਹ ਭਾਈ ਜਸਵੰਤ ਸਿੰਘ ਖਾਲੜਾ ਦੇ ਇੱਕ ਪਤਨੀ ਦਾ ਬਹੁਤ ਵੱਡਾ ਦਰਦ ਹੁੰਦਾ ਹੈ ਇਹ ਔਰ ਉਸ ਤੋਂ ਲੈ ਕੇ ਹੁਣ ਤੱਕ ਉਹ ਦੁੱਖ ਦਾ ਕੀ ਰੂਪ ਰਿਹਾ ਤੁਸੀਂ ਦੁੱਖ ਸਾਂਝਾ ਕਰਨਾ ਚਾਹੁੰਦੇ ਹੋ ਦਰਸ਼ਕਾਂ ਨਾਲ ਨਹੀਂ ਜੀ ਮੈਂ ਜਿਵੇਂ ਬਈ ਕੋੜੇ ਆਪਣਾ ਖੂਨ ਕੱਢ ਕੇ ਹਮ ਦਰਦੀ ਬਿਆਨ ਕਰਨਾ ਚਾਹੁੰਦੇ ਆ ਹੱਥਾਂ 'ਚ ਫੋਨ ਕੱਢ ਲੈਂਦੇ ਜਦੋਂ ਉਹਨਾਂ ਨੇ ਮੰਗਣਾ ਹੁੰਦਾ ਮੈਂ ਉਸ ਸਟੇਜ 'ਚ ਨਹੀਂ ਆ ਹਾਂ ਚਲੋ ਮਾਨਸਿਕਤਾ ਜੁੜੀ ਹੁੰਦੀ ਹੈ ਪਹਿਲਾਂ ਕੁਝ ਸਾਲ ਸਾਨੂੰ ਲੱਗਦਾ ਇਹੀ ਲੱਗਦਾ ਸੀ ਵੀ ਅਸੀਂ ਉਹਨਾਂ ਨੂੰ ਲੱਭ ਲਈਏ ਲੱਭ ਲਈਏ ਬਿਲਕੁਲ ਤੇ ਬੱਚੇ ਵੀ ਛੋਟੇ ਸੀ ਪਰ ਜਦੋਂ ਸਾਰਾ ਕੁਝ ਸਾਹਮਣੇ ਆ ਗਿਆ ਜਦੋਂ ਗਵਾਹੀ ਆ ਗਈ ਖਲੜਾ ਦੀ ਸ਼ਹਾਦਤ ਹੋ ਗਈ ਤਾਂ ਫੇਰ ਮੈਂ ਆਪਣੇ ਆਪ ਨੂੰ ਤਕੜਿਆ ਕੀਤਾ ਮੈਂ ਸੋਚਿਆ ਵੀ ਨਹੀਂ ਹੁਣ ਪਿੱਛੇ ਮੁੜਨ ਦਾ ਵੇਲਾ ਨਹੀਂ ਹੈ ਤੇ ਮੈਂ ਹੁਣ ਕੁੜੀ ਦੀ ਤੌਰ 24 ਸਾਲ ਥੋੜੇ ਨਹੀਂ ਹੁੰਦੇ 24 ਸਾਲ ਤੋਂ ਮੈਂ ਇਸ ਲੜਾਈ ਦੇ ਵਿੱਚ ਆ ਤੇ ਮੈਂ ਮਤਲਬ ਕਦੇ ਕੋਈ ਉਹ ਜੀਆਂ ਚੀਜ਼ਾਂ ਮੰਨ ਚ ਨਹੀਂ ਲੈਂਦੀਆਂ ਮੈਨੂੰ ਲੱਗਦਾ ਮੈਂ ਹੋਰ ਕੁਝ ਕੀਤਾ ਹੈ ਜਾਂ ਨਹੀਂ ਕੀਤਾ ਉਹ ਹੁਣ ਲੋਕ ਜਾਣਦੇ ਆ ਜਾਂ ਅੱਗੇ ਤੋਂ ਪਤਾ ਲੱਗਦੀ ਪਰ ਮੈਨੂੰ ਲੱਗਦਾ ਵੀ ਮੈਂ ਉਸ ਵੇਲੇ ਜੋ ਤਿਆਗ ਦਿੱਤਾ ਜੋ ਮੈਨੂੰ ਛੱਡਣਾ ਪਿਆ ਮੈਂ ਛੱਡਤਾ ਜੋ ਮੈਨੂੰ ਕਰਨਾ ਪਿਆ ਉਹ ਮੈਂ ਕੀਤਾ ਤੇ ਉਹਦਾ ਹੀ ਸਿੱਟਾ ਹੈ ਵੀ ਅੱਜ ਮੈਨੂੰ ਲੋਕਾਂ ਨੇ ਲੱਭ ਕੇ ਕੋਸ਼ਿਸ਼ ਕੀਤੀ ਹੈ ਵੀ ਬੀਬੀ ਦੀ ਆਵਾਜ਼ ਜਿਹੜੀ ਉਹ ਪਾਰਲੀਮੈਂਟ 'ਚ ਜਾਣੀ ਚਾਹੀਦੀ ਹੈ ਜਾਂ ਜਾਵੇ ਰਿਸ਼ਤੇਦਾਰਾਂ ਨੇ ਜਾਂ ਪਰਿਵਾਰ ਸੀਗਾ ਸਾਥ ਮਿਲਿਆ ਪੂਰਾ ਉਸ ਦੌਰ ਦੇ ਵਿੱਚ ਨਹੀਂ ਜੇ ਕੋਈ ਗੱਲ ਨਹੀਂ ਹੁੰਦੀ ਪਰਿਵਾਰ ਦਾ ਜੇ ਹੋਰ ਵੀ ਕਿਸੇ ਤਰ੍ਹਾਂ ਮਿਸ ਹੈਪਨਿੰਗ ਹੋ ਜੇ ਤਾਂ ਪਰਿਵਾਰ ਜਿੰਨਾ ਸਾਥ ਦੇ ਸਕਦਾ ਉਹਨਾਂ ਨੇ ਦੇ ਸਕਦਾ ਪਰਿਵਾਰ ਨੇ ਤਾਂ ਸਾਥ ਉਂਝ ਹੀ ਦੇਣਾ ਹੁੰਦਾ ਹਾਂਜੀ ਤੇ ਪਰ ਮੈਂ ਇਹ ਸੋਚਿਆ ਵੀ ਮੈਨੂੰ ਲੱਗਦਾ ਹੈ ਵੀ ਪਰਿਵਾਰ ਤੋਂ ਮੈਂ ਮੈਨੂੰ ਇਹ ਲੱਗਦਾ ਸੀ ਮੈਂ ਠੀਕ ਕਰ ਰਹੀ ਹਾਂ ਹਮ ਇਸ ਕਰਕੇ ਮੈਂ ਇਸ ਕੰਮ ਨੂੰ ਨਹੀਂ ਛੱਡਿਆ ਠੀਕ ਹੈ ਪਰਿਵਾਰ ਦਾ ਕਿਸੇ ਵੇਲੇ ਇਹ ਵੀ ਚਾਹ ਸਕਦਾ ਕਿ ਛੱਡੋ ਘਰਾਂ ਤੇ ਬੱਚੇ ਪਾਲੋ ਬਿਲਕੁਲ ਹੈਨਾ ਤੇ ਪਰ ਮੈਨੂੰ ਪਤਾ ਨਹੀਂ ਦਿਮਾਗੀ ਜਾਂ ਵਾਇਗਰੂ ਵੱਲੋਂ ਕੋਈ ਮੇਰੇ ਤੇ ਕਿਰਪਾ ਹੋਈ ਹੈ ਨਹੀਂ ਮੈਂ ਧਿਆਨ ਹੀ ਨਹੀਂ ਦਿੱਤਾ ਹੋਰ ਕਿਸ ਪਾਸੇ ਮੈਂ ਇਹ ਸੋਚਿਆ ਕਿ ਨਹੀਂ ਇਹ ਕੰਮ ਜਸਵੰਤ ਸਿੰਘ ਦਾ ਅਧੂਰਾ ਹੈ ਤੇ ਇਸ ਮਿਸ਼ਨ ਤੇ ਕੰਮ ਕਰਨਾ ਅੱਜ ਵੀ ਵੱਧ ਘਾਟੇ ਜਿੰਦਗੀ ਦੇ ਹੁੰਦੇ ਰਹਿੰਦੇ ਆ ਮੈਨੂੰ ਕੋਈ ਇਸ ਗੱਲ ਦਾ ਬੜਾ ਫਰਕ ਨਹੀਂ ਪੈਣ ਲੱਗਾ ਤੇ ਨਾਲ-ਨਾਲ ਫਿਰ ਬੱਚੇ ਪਾਲੇ ਨਾਲ-ਨਾਲ ਨੌਕਰੀ ਵੀ ਸੀਗੀ ਕਿਵੇਂ ਤੁਸੀਂ ਮੈਨੇਜ ਕੀਤਾ ਬੱਚਿਆਂ ਨੂੰ ਸਾਂਭਣਾ ਮੈਂ ਤੇ ਆਪ ਉਸ ਗੁਰੂ ਦੀ ਕਿਰਪਾ ਸਮਝਦੀ ਹਾਂ ਵੀ ਮੈਨੂੰ ਵੈਗਰੂ ਨੇ ਬਹੁਤ ਹੀ ਕੰਪਨਸੇਟ ਕੀਤਾ ਬੱਚੇ ਬਹੁਤ ਛੋਟੇ ਸੀਗੇ ਦੂਜੀ ਤੀਜੀ ਚ ਵੱਢਦੇ ਸੀ ਉਦੋਂ ਅੱਛਾ ਤੇ ਪਰ ਉਹਨਾਂ ਨੇ ਪਤਾ ਨਹੀਂ ਕਿਵੇਂ ਆਪਣੀ ਪੜ੍ਹਾਈ ਨੂੰ ਬਹੁਤ ਤਸੱਲੀ ਨਾਲ ਜਾਰੀ ਰੱਖਿਆ ਮੈਂ ਇਹ ਵੀ ਦੱਸਦੀ ਆ ਕਿ ਕੁਝ ਮੇਰੇ ਕਲੀਗ ਸੀਗੇ ਉਹਨਾਂ ਦੇ ਬੱਚੇ ਸੀਗੇ ਉਹ ਤੁਰੇ ਜਾਂਦੇ ਸੈਰ ਕਰਦੇ ਆ ਕੇ ਬੱਚਿਆਂ ਨੂੰ ਪੜ੍ਹਾ ਜਾਂਦੇ ਸੀ ਅੱਛਾ ਲੋਕ ਸਾਡੇ ਨਾਲ ਸੀਗੇ ਹੈਨਾ ਤੇ ਨੌਕਰੀ ਤਾਂ ਮੈਂ 99 ਚ ਫਿਰ ਛੱਡਤੀ ਸੀ ਜਦੋਂ ਕਿ ਹਾਂਜੀ ਬਹੁਤ ਹੀ ਪ੍ਰੈਸ਼ਰ ਸੀਗਾ ਮੇਰੇ ਤੇ ਦੀ ਜਾਂ ਤੁਸੀਂ ਸਾਨੂੰ ਸਰੂਪਾ ਪਾਓ ਇਕੱਠ ਕਰੋ ਤੇ ਚੇਅਰਮੈਨ ਹੀ ਲਾਓ ਤੇ ਜਾਂ ਫਿਰ ਤੁਸੀਂ ਇੱਕ ਵੱਡੀ ਪ੍ਰੋਬਲਮ ਗਵਾਹੀਆਂ ਦਾ ਟਾਈਮ ਸੀ ਉਦੋਂ ਤੇ ਗਵਾਹੀ ਸਰਕਾਰ ਹੋਣੀ ਸੀ ਦਿੰਦੀ ਤੇ ਮੇਰਾ ਜਾਣਾ ਕੋਰਟ ਦੇ ਵਿੱਚ ਹਰ ਹਾਲ ਦਾ ਹਰ ਤਰੀਕ ਤੇ ਭਾਵੇਂ ਕੁਝ ਹੋਵੇ ਜਾਂ ਨਾ ਹੋਵੇ ਮੇਰਾ ਜਾਣਾ ਬਹੁਤ ਜ਼ਰੂਰੀ ਹੋ ਗਿਆ ਸੀ ਇਸ ਕਰਕੇ ਮੈਂ ਜਣੀ ਪਤਾ ਨਹੀਂ ਕਿਸ ਦੇ ਆਸਰੇ ਉਸ ਵਾਹਿਗੁਰੂ ਦੇ ਆਸਰੇ ਨਾ ਮੈਂ ਨੌਕਰੀ ਵੀ ਛੱਡਤੀ ਠੀਕ ਹੈ ਕੋਸ਼ਿਸ਼ ਨਹੀਂ ਕੀਤੀ ਫਿਰ ਤੇ ਬੱਚੇ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਣੀ ਜਿਹੜੀ ਦੁਨਿਆਵੀ ਪੜ੍ਹਾਈ ਹੁੰਦੀ ਹੈ ਮੈਂ ਕਹਿੰਦੀ ਉਹ ਕੰਮ ਕਰ ਲਈ ਉਹਨਾਂ ਨੇ। ਸੋ ਮੈਨੂੰ ਬੱਚਿਆਂ ਨੂੰ ਤੁਸੀਂ ਬਾਹਰ ਭੇਜਿਆ ਬਾਹਰ ਭੇਜਣ ਦਾ ਪਹਿਲਾਂ ਤੋਂ ਹੀ ਮਕਸਦ ਸੀ ਜਾਂ ਫਿਰ ਉਸ ਤੋਂ ਬਾਅਦ ਕਰੀਅਰ ਪ੍ਰੋਟੈਕਸ਼ਨ ਜਾਂ ਫਿਰ ਜ਼ਿੰਦਗੀ ਦੀ ਪ੍ਰੋਟੈਕਸ਼ਨ। ਨਹੀਂ ਜ਼ਿੰਦਗੀ ਦੀ ਪ੍ਰੋਟੈਕਸ਼ਨ ਬਿਲਕੁਲ ਨਹੀਂ ਕਿਉਂਕਿ ਜੇ ਇਹ ਕੰਮ ਹੁੰਦਾ ਤੇ ਮੈਨੂੰ ਉਦੋਂ ਇਹ ਵੀ ਪਰਿਵਾਰ ਵੱਲੋਂ ਵੀ ਤੇ ਹੋਰ سارے ਲੋਕ ਵੀ ਇਹ ਕਹਿੰਦੇ ਸੀ ਦੀ ਉਹਨਾਂ ਨੇ ਤੁਹਾਡੇ ਬੱਚੇ ਨਹੀਂ ਛੱਡਨੇ ਤੁਸੀਂ ਇਹਨਾਂ ਨੂੰ ਸ਼ਿਮਲੀਆ ਬਾਦੂ ਟਲਹੋਜੀ ਬਾਦਿਓ ਜਾਨ ਤੁਸੀਂ ਇਹਨਾਂ ਨੂੰ ਬਾਹਰ ਭੇਜ ਦਿਓ ਪਰ ਮੈਂ ਇਹ ਪੂਰੀ ਆਪਣੇ ਮਨ ਨਾਲ ਨਹੀਂ ਵੀ ਮੈਂ ਬੱਚੇ ਆਪਣੀ ਦੂਰ ਨਹੀਂ ਕਰ ਸਕਦੀ ਅੱਛਾ ਵੀ ਉਹਨਾਂ ਸਕੂਲਾਂ ਜੀ ਰਹੇ ਜਿਨ੍ਹਾਂ ਸਕੂਲਾਂ ਚ ਉਹ ਆਲਰੇਡੀ ਪੜ੍ਹਦੇ ਸੀ ਹਾਲਾਂਕਿ ਡਰ ਸੀਗਾ ਇਸ ਗੱਲ ਦਾ ਡਰ ਤਾਂ 100% ਸੀ ਤੇ ਫਿਰ ਉਹਨਾਂ ਨੇ ਇੱਥੇ ਆਪਣੀ ਪੜ੍ਹਾਈ ਕੰਪਲੀਟ ਕੀਤੀ ਬੇਟੀ ਨੇ ਇੱਥੋਂ ਇੰਜੀਨੀਅਰਿੰਗ ਕੀਤੀ ਬੇਟੇ ਨੇ ਇੱਥੋਂ ਐਮਬੀਏ ਕੀਤੀ ਇੱਕ ਮੈਨੂੰ ਲੱਗਦਾ ਉਹਨਾਂ ਦੀ ਸੋਚ ਦਾ ਦਾਇਰਾ ਵੀ ਜਿਹੜਾ ਉਹ ਕਾਫੀ ਵੱਡਾ ਹੋ ਗਿਆ ਬੱਚਿਆਂ ਦੇ ਦਾ। ਅੱਛਾ ਮੈਂ ਤੁਹਾਨੂੰ ਨਿੱਕੇ ਜਿਹੀ ਗੱਲ ਦੱਸਦੀ ਆ ਵੀ ਹੈ ਤਾਂ ਕਰੀ ਲੂ ਗੱਲ। ਜ਼ਰੂਰ ਦੱਸੋ। ਤੇ ਮੈਂ ਆਪਣੀ ਬੇਟੀ ਨੂੰ ਹੁਣ ਕਿਹਾ ਵੀ ਇੱਕ ਬੱਚੇ ਦਾ ਇੱਥੇ ਰਹਿਣਾ ਜ਼ਰੂਰੀ ਸੀ। ਵੀ ਜਾਂ ਤੂੰ ਜਾਂ ਬੇਟਾ। ਹੂੰ। ਉਹ ਮੈਨੂੰ ਕਹਿੰਦੀ ਵੀ ਤੁਹਾਡੀਆਂ ਪਾਲਸੀਆਂ ਤਾਂ ਅਮਰੀਕਾ ਤੋਂ ਬਣ ਕੇ ਆਉਂਦੀਆਂ। ਅੱਛਾ ਇੱਥੇ ਅਸੀਂ ਕੀ ਕਰ ਸਕਦੇ ਹਾਂ ਪਾਲਸੀਆਂ ਦਾ ਅਸੀਂ ਭੇਜ ਜਣੀਆਂ ਅਮਰੀਕਾ ਤੋਂ। ਹੂੰ। ਮੈਂ ਕਿਹਾ ਵੀ ਤੂੰ ਪਾਲਸੀਆਂ ਬਣਾਏਂਗੀ। ਕਿੰਦੀ ਹਾਂ ਹੋ ਸਕਦਾ ਸੀ ਬਣਾਈਏ ਬਲੋ ਨੇ ਸੋਚ ਦਾ ਦਾਇਰਾ ਆਪਣਾ ਬਹੁਤ ਉੱਚਾ ਚੱਕ ਲਿਆ ਠੀਕ ਹੈ ਉਹ ਗਏ ਕੁਝ ਵਾਸਟ ਕਰਨ ਲਈ ਆ ਉੱਥੇ ਫਿਰ ਮੈਂ ਕਦੇ ਗਿਆ ਨਹੀਂ ਇਹ ਗੱਲ ਵੀ ਉਹ ਆਪਣੀ ਸਟੱਡੀ ਵੀਜ਼ੇ ਤੇ ਗਏ ਆ ਕੋਈ ਜਾ ਕੇ ਜਦੋਂ ਇੱਥੇ ਸਾਡੇ ਘਰ ਵਕੀਲ ਆਉਂਦੇ ਸੀ ਅਮਰੀਕਾ ਕੈਨੇਡਾ ਤੋਂ ਵੀ ਲਓ ਜੀ ਇਹ ਸਾਈਨ ਕਰ ਦਿਓ ਤੇ ਤੁਸੀਂ ਰਾਤੇ ਰਾਤ ਤੁਹਾਨੂੰ ਇਮੀਗ੍ਰੇਸ਼ਨ ਮਿਲੂਗੀ ਪਰ ਸਮਝੋਤਾ ਨਹੀਂ ਕੀਤਾ ਲਾਈਫ ਦੇ ਵਿੱਚ ਮੇਰੇ ਬੱਚੇ ਸਟੱਡੀ ਵੀਜ਼ੇ ਤੇ ਗਏ ਆ ਥਰੂ ਪ੍ਰੋਪਰ ਚੈਨ ਜਿਵੇਂ ਵੀ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ ਉੱਥੇ ਵਰਕ ਵੀਜ਼ੇ ਲਾਏ ਉੱਥੇ ਜੋ ਵੀ ਕੰਮ ਕਰਦੇ ਆ ਆਪ ਸੈਡ ਹੋਏ ਮਿਹਨਤ ਮਜ਼ਦੂਰੀ ਕਰਦੇ ਆ ਤੇ ਹੁਣ ਉਹਨਾਂ ਦੀ ਜਿਹੜੀ ਲਾਈਫ ਹੈ ਹੁਣ ਬੇਟਾ ਵੀ ਨੂੰ ਵੀ ਉਹ ਦੋਨੋਂ ਪੀਆਰ ਹੋ ਗਏ ਆ ਤੁਹਾਡੇ ਮਿਸ਼ਨ ਦੇ ਵਿੱਚ ਕਿੰਨਾ ਖਸਾਦ ਦਿੰਦੇ ਨੇ ਭਾਈ ਜਸਵੰਤ ਸਿੰਘ ਖਾੜਾ 100% ਹਮ ਕਿ ਮੈਂ ਕਦੇ ਵੀ ਰਿਸੋਚਦੀ ਵੀ ਨਿੱਕੇ ਨਿੱਕੇ ਮੈਨੂੰ ਗਾਈਡ ਕਿਵੇਂ ਕਰਦੇ ਆ ਮੈਂ ਹੋਰ ਇੱਕ ਗੱਲ ਐ ਦੱਸ ਦਿਆਂ ਤੁਹਾਨੂੰ ਬੇਟਾ ਨਾ 8 ਸਾਲ ਦਾ ਹੀ ਸੀਗਾ। ਅੱਛਾ। ਇਹ ਸਾਰੇ ਧਿਆਨ ਰੱਖਦੇ ਸੀਗੇ ਤੇ ਜਦੋਂ ਸਕੂਲ ਭੇਜਦੇ ਸੀ ਉਹਨਾਂ ਨੂੰ ਤਾਂ ਉਹਨਾਂ ਨੂੰ ਮੈਂ ਜਿਵੇਂ ਇੱਕ ਮਾਂ ਨੂੰ ਇੱਕ ਡਰ ਹੁੰਦਾ ਹੈ ਨਾ ਉਹਨਾਂ ਨੂੰ ਕਹਣਾ ਬੇਟਾ ਧਿਆਨ ਨਾਲ ਜਾਣਾ ਹੈ ਨਾ ਆਟੋ ਵਾਲੇ ਵੀ ਨਾ ਇੰਨੇ ਚੰਗੇ ਸੀਗੇ ਆਟੋ ਰਿਕਸ਼ਾ ਤੇ ਜਾਂਦੇ ਸੀ। ਉਹਨਾਂ ਨੇ ਨਾ ਉਹ ਪੜਦੇ ਜੇ ਕਰ ਲੈਣੇ। ਵੀ ਕੋਈ ਇਹਨਾਂ ਨੂੰ ਵੇਖ ਨਾ ਲਵੇ। ਅੱਛਾ। ਵੀ ਮੈਂ ਬੇਟੇ ਨੂੰ ਕਹਿਆ ਬੇਟਾ ਧਿਆਨ ਨਾਲ ਤੇ ਮੈਨੂੰ ਨਾ ਐ ਕਰਕੇ ਕਹਿੰਦਾ ਮੇ ਮਮਾ ਫਿਕਰ ਨਾ ਕਰਿਆ ਕਰੋ ਸਾਰਾ ਪੰਥ ਆਪਣੇ ਨਾਲ ਹੈ ਅੱਛਾ ਬਹੁਤ ਛੋਟਾ ਸੀ ਮੈਨੂੰ ਹੁਣ ਕਈ ਵਾਰੀ ਆਉਂਦੀ ਹੈ ਵੀ ਉਹਨਾਂ ਦੇ ਦਿਮਾਗ ਉਸ ਵੇਲੇ ਤੋਂ ਵਿਚਾਰ ਹੋ ਗਏ ਹਾਂ ਹੈਨਾ ਤੇ ਮੈਨੂੰ ਕਦੇ ਇਨੀ ਮੈਚਿਓਰਿਟੀ ਹਨ ਉਹਨਾਂ ਵਿੱਚ ਮੇਰੇ ਨਾਲੋਂ ਜ਼ਿਆਦਾ ਕਿਸੇ ਵੇਲੇ ਮੈਨੂੰ ਗਾਈਡ ਕਰਦੇ ਆ ਜੇ ਮੈਂ ਕੋਈ ਚੰਗੀ ਸਟੇਟਮੈਂਟ ਹੀ ਦੇ ਦਿਆਂ ਜਾਂ ਕੋਈ ਗੱਲ ਹੋਵੇ ਤਾਂ ਮੈਨੂੰ ਉੱਥੋਂ ਸ਼ਾਬਾਸ਼ੇ ਭੇਜਦੇ ਅਸੀਂ ਇਸ ਸਵਿਧਾਨ ਦੇ ਵਿੱਚ ਰਹਿੰਦੇ ਆ ਪਾਸਪੋਰਟ ਸਾਡੇ ਕੋਲੇ ਦੇ ਇੰਡੀਅਨ ਹੈ ਜਾਇ ਜਾਇਦਾ ਤਾਂ ਜ਼ਮੀਨਾਂ ਅਸੀਂ ਇੰਡੀਅਨ ਕਾਨੂੰਨ ਦੇ ਵਿੱਚ ਇਸ ਦੇ ਵਿੱਚ ਰਹਿ ਕੇ ਹੀ ਲੈਣੀ ਆ ਪਰ ਸਾਡਾ ਤਾਂ ਜਿਉਣ ਦਾ ਹੱਕ ਹੀ ਖੋ ਲਿਆ ਤੁਸੀਂ ਸਾਨੂੰ ਤੁਸੀਂ ਘਰਾਂ ਚੋਂ ਲਿਜਾ ਕੇ ਗਾਇਬ ਕਰ ਦਿੰਦੇ ਹੋ ਤੇ ਫਿਰ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਲੈ ਕੇ ਆਈ ਨਹੀਂ ਗਏ ਜੀ ਨੇ ਅਸੀਂ ਇੱਕ ਜਿਉਣ ਦੇ ਹੱਕ ਤੋਂ ਸ਼ੁਰੂ ਕਰਕੇ ਉਹ ਸਾਰੀ ਜ਼ਿੰਦਗੀ ਨੂੰ ਸਾਰਥਕਤਾ ਨਾਲ ਜਿਉਣ ਦਾ ਹੱਕ ਜਿਹੜਾ ਉਹ ਮਨੁੱਖੀ ਅਧਿਕਾਰ ਦਿੰਦਾ ਹੈ ਜੀ ਜੀ ਸਾਡੇ ਸੰਵਿਧਾਨ ਦੇ ਵਿੱਚ ਸਾਰੀਆਂ ਮਦਾਂ ਹੈ ਜੀ ਪ੍ਰੋਬਲਮ ਬੀਬੀ ਜੀ ਇਹ ਵੀ ਹੈ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਆਪਾਂ ਕਹਿ ਲਈਏ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਨਹੀਂ ਹੈਗੀ। ਸਾਨੂੰ ਜਾਗਰੂਤ ਹੋਣਾ ਚਾਹੀਦਾ। ਹੁਣ ਤੁਸੀਂ ਮੇਰੇ ਵੱਲ ਹੀ ਵੇਖ ਲਓ। ਜੇ ਇਹਦੇ ਸਰਦਾਰ ਜਸਵੰਤ ਸਿੰਘ ਦੇ ਆਮ ਹੀ ਇਵੇਂ ਹੋਇਆ ਵੀ ਜਸਵੰਤ ਸਿੰਘ ਦੇ ਚੱਕੇ ਜਾਣ ਤੋਂ ਬਾਅਦ ਮੈਂ ਬਹੁਤ ਬੀਬੀਆਂ ਨੂੰ ਮਿਲੀ ਆ। ਵੀ ਉਹਨਾਂ ਨੇ ਜਿਵੇਂ ਆਪਣੇ ਆਪ ਨੂੰ ਬਾਣਾ ਮੰਨ ਲਿਆ। ਜੀ। ਪਰ ਮੈਂ ਬਾਣਾ ਗੁਰੂ ਦਾ ਤਾਂ ਮੰਨ ਲਿਆ ਪਰ ਉਹ ਸਟੇਟ ਦਾ ਨਹੀਂ ਹੁੰਦੇ। ਮੈਂ ਆਪਣੇ ਨਵਾਦ ਨੂੰ ਤਿਆਰ ਕੀਤਾ। ਲੜਾਈ ਦਿੱਤੀ ਜਿੰਨਾ ਪਰਿਵਾਰਾਂ ਨਾਲ ਜਿੰਨਾ ਨੇ ਐਡਰੈਸ ਜਿਹਾ ਹੋਈਆਂ ਉਹਨਾਂ ਦੀ ਉਹਨਾਂ ਦੀ ਵਾਈਫਸ ਨੂੰ ਉਹਨਾਂ ਦੀ ਮਦਰਸ ਨੂੰ ਉਹਨਾਂ ਦੀ ਭੈਣਾਂ ਨੂੰ ਤਸੱਲੀ ਵੀ ਦਿੱਤੀ ਮੋਰਲ ਸਪੋਰਟ ਵੀ ਦਿੱਤੀ ਵੀ ਨਹੀਂ ਤੁਹਾਡਾ ਕੋਈ ਕਸੂਰ ਨਹੀਂ ਹੈਗਾ ਇਹਦੇ ਵਿੱਚ ਇਸ ਕੇਸ ਵਿੱਚ ਵੀ ਬਹੁਤ ਵਾਇਓਲੇਸ਼ਨ ਹੋਈ ਹੈ ਬੀਬੀਆਂ ਦੀ ਅੱਛਾ ਕਿਉਂਕਿ ਜਦੋਂ ਉਹਨਾਂ ਦੇ ਘਰ ਵਾਲੇ ਨਹੀਂ ਰਹੇ ਹੂੰ ਜਿਹੜੀਆਂ ਜਾਇਦਾਦਾਂ ਐ ਉਹ ਪਰਿਵਾਰਾਂ ਨੇ ਕਈ ਥਾਵਾਂ ਤੇ ਨਹੀਂ ਦਿੱਤੀਆਂ ਅੱਛਾ ਉਹ ਵਿਜਾਰੀਆਂ ਕੁਝ ਪੇਕੇ ਚਲੀਆਂ ਗਈਆਂ ਕੁਝ ਰੀ ਮੈਰਿਜ ਹੋ ਗਈਆਂ ਬੱਚੇ ਰੁੜ ਗਏ ਤੁਹਾਨੂੰ ਪਤਾ ਹੈ ਇਸ ਕੌਮ ਦੇ ਬੱਚੇ ਟਰਸਟਾਂ ਵਿੱਚ ਬਣ ਗਏ ਇਹ ਜੇ ਤਾਂ ਇਹ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਹੈ ਅੱਗੇ ਤੋਂ ਇਹ ਨਾ ਵਾਪਰੇ ਤੇ ਫੇਰ ਤਾਂ ਮੈਨੂੰ ਲੱਗਦਾ ਵੀ ਸਾਨੂੰ ਪਾਰਲੀਮੈਂਟ ਤੱਕ ਵਾਜਬ ਭੇਜ ਦੇਣੀ ਚਾਹੀਦੀ ਪਾਈ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਇਹ ਇੰਨਾ ਵੱਡਾ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਇੱਕ ਕੰਮ ਆਰੰਭਿਆ ਸੀ ਬਿਲਕੁਲ ਨਵੇਕਲਾ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਹਾਣੀ ਇਹੋ ਜਿਹਾ ਹੋਇਆ ਸੀਗਾ ਉਹਨਾਂ ਨੂੰ ਇਹ ਜਿਹੜਾ ਕਿਵੇਂ ਚਿੰਗ ਲੱਗੀ ਸੀ ਪਰਿਵਾਰ ਵੱਲੋਂ ਸੀ ਸ਼ੁਰੂ ਤੋਂ ਉਹਨਾਂ ਦੇ ਮਨ ਦੇ ਵਿੱਚ ਜਾਂ ਉਦੋਂ ਹਾਲਾਤਾਂ ਦੇ ਮੁਤਾਬਿਕ ਉਹਨਾਂ ਨੇ ਇਹ ਫੈਸਲਾ ਲਿਆ ਸੀ ਇਸ ਦਰ ਜਸਵੰਤ ਸਿੰਘ ਮਨ ਲਾਦਾ ਵੀ ਸਾਡੇ ਖਾਦਰ ਸਾਹਿਬ ਦੱਸਦੇ ਸੀ ਕਿ 20 ਸਾਲ ਤੋਂ ਹੀ ਏ ਹਿਊਮਨ ਰਾਈਟਸ ਤੇ ਜਿਵੇਂ ਵਾਇਓਲੇਸ਼ਨ ਤੇ ਕੰਮ ਕਰਦੇ ਸੀ ਹਾਲਾਤ ਬਦਲਦੇ ਗਏ ਹਨ 78 80 81 ਦੇ ਵਿੱਚ ਵੱਧ ਆ ਗਿਆ ਵੱਧ ਆ ਗਿਆ ਕੰਮ ਬੜੀ ਘਰਾਨੀ ਦੀ ਗੱਲ ਵੀ ਜਸਵੰਤ ਸਿੰਘ ਜਾਗ ਦੀ ਜ਼ਮੀਰ ਵਾਲਾ ਬੰਦਾ ਸੀ ਮੈਨੂੰ ਲੱਗਦਾ ਹੈ ਸਾਰ ਦੁਨੀਆਂ ਨੂੰ ਸਮਝਣਾ ਚਾਹੀਦਾ ਜੀ ਬਿਓ ਜੀ ਵੀ ਬਾਤ ਤਾਂ ਕਰ ਰਿਹਾ ਸੀਗਾ ਵੀ ਪੰਜਾਬ ਦੇ ਵਿੱਚ ਹੋ ਕੀ ਰਿਹਾ ਸਾਰੇ ਉਸ ਵੇਲੇ ਸਾਰੇ ਬੁੱਧੀਜੀਵੀ ਸਾਰੇ ਪੱਤਰਕਾਰ ਸਾਰਿਆਂ ਨੂੰ ਪਤਾ ਸੀ ਪੰਜਾਬ ਚ ਕੀ ਹੋ ਰਿਹਾ ਪਰ ਜਿਹੜਾ ਕਲੂ ਆ ਉਹ ਜਸਵੰਤ ਸਿੰਘ ਦੇ ਹੱਥ ਆ ਗਿਆ ਹਮ ਉਹਨਾਂ ਨੇ ਉਹ ਕਲੂ ਨੂੰ ਲਕਾਇਆ ਨਹੀਂ ਉਸ ਕਲੂ ਨੂੰ ਅ ਅੱਗੇ ਵਧਾਇਆ ਦੇਖੋ ਜੀ ਆ ਇੱਕ ਕਲੈਰੀਕਲ ਮਿਸਟੇਕ ਕਰ ਬੈਠੀ ਹੈ ਲਖਣਾ ਲੈਣ ਦੇ ਮਾਰੇ ਤੇ ਸਾਡੇ ਨੌਜਵਾਨ ਬੱਚਿਆਂ ਨੂੰ ਇਹਨਾਂ ਨੇ ਅਨ ਆਈਡੈਂਟੀਫਾਈਡ ਕਹਤਾ ਅਲਾਵਾਰਸ ਕਹਤਾ ਜੀ ਤੇ ਉਹਨੂੰ ਜਦੋਂ ਅੱਗੇ ਵਧਾਇਆ ਈਮਾਨਦਾਰੀ ਨਾਲ ਅੱਗੇ ਵਧਾਇਆ ਤੇ ਫਿਰ ਇਹਨਾਂ ਨੂੰ ਇਹਦੀ ਜਿਹੜੀ ਵੀ ਸ਼ਹਾਦਤ ਇਹਦੇ ਵਿੱਚੋਂ ਨਿਕਲੀ ਇਹ ਜਸਵੰਤ ਸਿੰਘ ਦਾ ਕੋਈ ਮਨੁੱਖਤਾ ਦਾ ਹਾਮੀ ਵਾਲਾ ਹੀ ਇੱਕ ਸਬਜੈਕਟ ਸੀਗਾ ਮੈਂ ਤੁਹਾਨੂੰ ਵੀ ਕਹਿੰਨੀ ਆ ਅਪੀਲ ਕਰਦੀ ਵੀ ਜਿਨੇ ਜਸਵੰਤ ਸਿੰਘ ਦੀ ਉਹ 40 ਮਿੰਟ ਦੀ ਸਪੀਚ ਸੁਣੀ ਹੈ ਨਾ ਉਹਨੂੰ ਕੋਈ ਕਲੈਰੀਫਿਕੇਸ਼ਨ ਦੀ ਲੋੜ ਨਹੀਂ ਕਿ ਉਹਦਾ ਕੀ ਲੈਵਲ ਸੀ ਉਸ ਵੇਲੇ ਜੀ ਜੀ ਤੇ ਕੀ ਉਹ ਮਨੁੱਖਤਾ ਬਾਰੇ ਕਹਿਣਾ ਚਾਹੁੰਦੇ ਸੀ ਉਹਨਾਂ ਨੇ ਤਾਂ ਕੈਨੇਡਾ ਜਾ ਕੇ ਕਿਹਾ ਸੀਗਾ ਵੀ ਤੁਸੀਂ ਤਾਂ ਵੱਡੇ ਵੱਡੇ ਇਸ਼ੂ ਲੈ ਕੇ ਆਏ ਆ ਮੈਂ ਤੇ ਮਨੁੱਖੀ ਅਧਿਕਾਰਾਂ ਦਾ ਇੱਕ ਛੋਟਾ ਜਿਹਾ ਸਬਜੈਕਟ ਲੈ ਕੇ ਆਇਆ ਜੀ ਜੀ ਹਾਂਜੀ ਜਿਹੜਾ ਅਸਲ ਦੇ ਵਿੱਚ ਬਹੁਤ ਵੱਡਾ ਹਾਂਜੀ ਗੱਲ ਤੇ ਪਹਿਲਾਂ ਸਾਨੂੰ ਜੀਣ ਦਾ ਹੱਕ ਹਾਂਜੀ ਹੈਨਾ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਜਿਉਣ ਦਾ ਹੱਕ ਹੀ ਹੈ ਨਾ ਸਾਨੂੰ ਜਿਉਣ ਦਾ ਹੱਕ ਮਿਲੇ ਤੇ ਜਿੰਨਾ ਕੰਮ ਜਸਵੰਤ ਸਿੰਘ ਨੇ ਥੋੜੀਆਂ ਇੱਕ ਸਪੀਚ ਦੇ ਵਿੱਚ ਜਿਹੜਾ ਅਸੀਂ ਜੇ ਉਹ ਸਪੀਚ ਨਾ ਹੁੰਦੀ ਤੇ ਸਾਨੂੰ ਸਾਡੇ ਲਈ ਕੁਝ ਕਹਿਣ ਲਈ ਸਾਨੂੰ ਦੱਸਣਾ ਪੈਣਾ ਸੀਗਾ ਬਿਲਕੁਲ ਹੁਣ ਸਾਨੂੰ ਨਹੀਂ ਦੱਸਣਾ ਹੁਣ ਸਭ ਦੇ ਸਾਹਮਣੇ ਹੈ ਹੁਣ ਸਭ ਦੇ ਸਾਹਮਣੇ ਹੋਰ ਵੀ ਕਈ ਕਲਿੱਪਸ ਹੈਗੀਆਂ ਜਿਹੜੀਆਂ ਟਾਈਮ ਟੂ ਟਾਈਮ ਆਉਂਦੀਆਂ ਵੀ ਰਹਿੰਦੀਆਂ ਉਹ ਆਦੀਆਂ ਮਤਲਬ ਹੋਰ ਵੀ ਉਹਨਾਂ ਦਾ ਦਿਮਾਗੀ ਪੱਧਰ ਕੀ ਸੋਚਦਾ ਸੀ ਕੀ ਕਰਦਾ ਸੀ ਉਹ ਸਾਰੇ ਕਲਿੱਪਸ ਹੈਗੇ ਆ ਕਈ ਤਾਂ ਆਪਾਂ ਹੀ ਖਾਲੜਾ ਦਾ ਥੋੜਾ ਪਰਿਵਾਰਕ ਬੈਕਗ੍ਰਾਉਂਡ ਬਾਰੇ ਵੀ ਜਾਨਣਾ ਚਾਹਾਂਗੇ ਉਹਨਾਂ ਦੇ ਮਾਤਾ ਪਿਤਾ ਦਾਦਾ ਜੀ ਹਾਂਜੀ ਉਹਨਾਂ ਦੇ ਦਾਦਾ ਜੀ ਸਰਦਾਰ ਹਰਨਾਮ ਸਿੰਘ ਉਹਨਾਂ ਨੇ ਕਾਮਾਗਾਟਾ ਮਾਰੂ ਜਾਜੋ ਕੈਨੇਡਾ ਦੇ ਵਿੱਚ ਲੈ ਕੇ ਗਏ ਸੀ ਅੱਛਾ ਫਿਰ ਉਹਨਾਂ ਦੀ ਉਸ ਵੇਲੇ 1915 ਦੇ ਵਿੱਚ ਉਹਨਾਂ ਦੀ ਉਮਰ ਛੋਟੀ ਸੀਗੀ ਕਈਆਂ ਨੂੰ ਜ਼ਿਆਦਾ ਸਜਾਵਾਂ ਹੋਈਆਂ ਪਰ ਉਹਨਾਂ ਨੂੰ ਨજરਬੰਦੀ ਹੋਈ ਖਲੜਾ ਕੇਸ ਦੇ ਵਿੱਚ ਖਲੜਾ ਪਿੰਡ ਦੇ ਵਿੱਚ ਅੱਛਾ 9 ਸਾਲ ਦੀ ਨજરਬੰਦੀ ਹੋਈ ਤੇ ਉਸ ਬਿਟਵੀਨ ਹੀ ਉਹ ਫਰਾਰ ਹੋ ਗਏ ਵਿੱਚ ਅੱਛਾ ਤੇ ਮਤਲਬ ਪਹਿਲਾਂ ਹੋਰ ਵੀ ਮੈਨੂੰ ਲੱਗਦਾ ਬੜੀ ਇੱਕ ਜਨੀਕ ਬੁੱਕ ਹੈ ਕਿਸੇ ਗੋਰੇ ਨੇ ਲਿਖੀ ਆ ਕਮਾਂਗਾਟਾ ਮਾਰੂ ਤੇ ਤੇ ਉਹਦੇ ਵਿੱਚ ਉਹਨਾਂ ਨੇ ਕੀਤਾ ਜੀ ਇਹ ਬੰਦਾ ਕਿਵੇਂ ਕਦੇ ਜਾਪਾਨ ਕਦੇ ਕਿਤੇ ਜਾ ਜਾ ਕੇ ਗਦਰ ਲਹਿਰ ਦੀ ਜਿਹੜੀ ਮੂਵਮੈਂਟ ਸੀ ਉਹ ਕਿਵੇਂ ਜੁਨਾਈਟ ਕਰਦਾ ਸੀ ਜੀ ਉਹਨਾਂ ਜੁੜੇ ਰਹੇ ਪਰ ਹਾਂ ਜੀ ਹੁਣ ਮੈਨੂੰ ਪਰਿਵਾਰ ਤੋਂ ਹੀ ਸਾਨੂੰ ਹੈਗਾ ਵੀ ਉਹਨਾਂ ਦੀ ਉਹ ਵਾਪਸ ਨਹੀਂ ਆ ਸਕੇ ਕਿਉਂਕਿ ਉਹਨਾਂ ਤੇ ਨਜ਼ਰਬੰਦੀ ਦਾ ਕੇਸ ਸੀਗਾ ਜੀ ਤੇ ਉਹਨਾਂ ਨੇ ਉਹਨਾਂ ਦਾ ਜਿਹੜਾ ਜੀਵਨ ਉੱਥੇ ਹੀ ਖਤਮ ਹੋ ਗਿਆ ਉਹਨਾਂ ਦੀ ਵੀ ਡੈੱਡ ਬੋਡੀ ਜਿਹੜੀ ਨਹੀਂ ਆ ਸਕੀ ਫਾਦਰ ਸਾਹਿਬ ਨੇ ਇੱਕ ਵਾਰੀ ਮੇਰੇ ਬਿਲਡਿੰਗ ਨੂੰ ਕਹਿਆ ਸੀ ਬੇਟਾ ਨਾ ਤੂੰ ਆਪਣੇ ਜਿਉ ਦੀ ਡੈੱਡ ਬੋਡੀ ਵੇਖੀ ਤੇ ਨਾ ਮੈਂ ਵੇਖੀ ਮੈਂ ਵੀ ਉਦੋਂ 8 ਸਾਲ ਦਾ ਸੀ ਜਦੋਂ ਮੇਰੇ ਫਾਦਰ ਮੈਨੂੰ ਛੱਡ ਕੇ ਚਲੇ ਗਏ ਸੀ ਤੇ ਤੂੰ ਵੀ 8 ਸਾਲ ਦਾ ਹੈ ਤੇ ਇਹੋ ਜਿਹੀਆਂ ਗੱਲਾਂ ਚਲੋ ਭਾਵਕ ਕਰਨ ਲਈ ਬਹੁਤ ਹੈ ਬਿਲਕੁਲ ਯਾਨੀ ਕਿ ਇੱਕ ਬਹੁਤ ਵੱਡਾ ਕਹਿ ਸਕਦੇ ਆ ਇੱਕ ਦੁੱਖ ਇਹ ਡੈੱਡ ਬਡੀ ਜਿਹੜੀ ਉਹਨਾਂ ਦੇ ਦਾਦਾ ਜੀ ਦੀ ਵੀ ਨਹੀਂ ਕਿਹਾ ਉਹ ਵੀ ਜਿਸ ਵਾਰ ਹੈ ਨਾ ਉਹਨਾਂ ਦਾ ਵੀ ਬਕਸਾ ਹੀ ਆਇਆ ਤੇ ਇੱਥੇ ਤੇ ਕੁਝ ਵੀ ਨਹੀਂ ਆਇਆ ਹਾਂ ਹੈਨਾ ਖਾਲਸਾ ਸਾਹਿਬ ਦੇ ਕੋਈ ਕੋਲ ਨਹੀਂ ਆਇਆ ਬਈ ਦ੍ਰਿਆਮ ਵਿੱਚ ਡੈੱਡ ਬodies ਜੋ ਗਵਾਹ ਕਹਿੰਦਾ ਉਹ ਹੀ ਅਸੀਂ ਸੁਣਦੇ ਪਏ ਬਿਲਕੁਲ ਬਿਲਕੁਲ ਔਰ ਇਹ ਭਾਵਕ ਬੜਾ ਵੱਡਾ ਹੁੰਦਾ ਇਹ ਦੋਖ ਖਾਂ ਹਾਂ ਸਾਹ ਨਹੀਂ ਹੁੰਦਾ ਵੀ ਇਹ ਹੋ ਸਕਦਾ ਇਹ ਕਿਵੇਂ ਹੋਇਆ ਹੈ ਨਾ ਤੇ ਕਈ ਵਾਰੀ ਤਾਂ ਆਏ ਆ ਵੀ ਏਜੰਸੀਆਂ ਕੰਮ ਕਰਦੀਆਂ ਆਪਦੇ ਤੇ ਉਹ ਇਹੋ ਜਿਹੀ ਸੋਸ਼ਲ ਵੀ ਛੱਡ ਦਿੰਦੀਆਂ ਆ ਵੀ ਜਸਵੰਤ ਸਿੰਘ ਨੂੰ ਹਜੇ ਖਤ ਪਤਾ ਨਹੀਂ ਹੈ ਗਈ ਹੈ ਹੈ ਨਾ ਦੀ ਇੱਕ ਮਾਨਸਿਕਤਾ ਜੁੜੀ ਹੁੰਦੀ ਹੈ ਪਰਿਵਾਰ ਦੀ ਬਿਲਕੁਲ ਤੇ ਪਰ ਅਸੀਂ ਆਲਮੋਸਟ ਕਲੀਅਰ ਹੈ ਕਿ ਇਸ ਇਸ਼ੂ ਦੇ ਉੱਤੇ ਜਸਵੰਤ ਸਿੰਘ ਨੂੰ ਦੀ ਸ਼ਹਾਦਤ ਬੜੀ ਜ਼ਰੂਰੀ ਸੀਗੀ ਤੇ ਇਸ ਸ਼ਹਾਦਤ ਤੋਂ ਬਿਨਾ ਜੀ ਇਹ ਜਿਹੜੀ ਸਿਗੀ ਇਹਨੀ ਜਿਹੜੀ ਸਿੱਖਾਂ ਦੀ ਜਾਂ ਲੋਕਾਂ ਦੀ ਸਾਰੇ ਪੰਜਾਬ ਚ ਕੋਈ ਉਹਨਾਂ ਨੇ ਬਖਸ਼ਿਆ ਨਹੀਂ ਜੀ ਇੱਕ ਚਮਨ ਲਾਲ ਦਾ ਕੇਸ ਹੈ ਤਰਨਤਾਰਨ ਦੇ ਵਿੱਚ ਉਹ ਇੱਕ ਹਿੰਦੂ ਖत्री ਪਰਵਾਦ ਚੋਂ ਅੱਛਾ ਉਹ ਸਾਨੂੰ ਆਪਣੀ ਗੱਲ ਸੁਣਾਉਂਦਾ ਸੀ ਬੜਾ ਉਹ ਵਧੀਆ ਬੰਦਾ ਸੀ ਉਹ ਕਹਿੰਦਾ ਜਦੋਂ 1947 ਦੇ ਵਿੱਚ ਮੇਰੇ 13 14 ਜੀ ਉੱਥੇ ਵੱਡ ਟੁੱਕ ਹੋ ਗਈ ਸੀ ਕਹਿੰਦਾ ਪੌੜੀ ਚੜਦੇ ਜਾਂਦੇ ਸੀ ਤੇ ਟੋਕਿਆਂ ਨੂੰ ਵੱਢਦੇ ਜਾਂਦੇ ਸੀ ਉੱਥੋਂ ਛੋਟੀ ਉਮਰ ਚ ਇੱਥੇ ਆ ਗਿਆ ਤੇ ਹੁਣ ਇੱਥੇ ਉਹਦਾ ਮੁੰਡਾ ਚਮਨ ਲਾਗਦਾ ਹੂੰ ਹੂੰ ਉਹ ਰੇੜੀ ਲਗਾਉਂਦਾ ਸੀ ਤੇ ਉਹਨੂੰ ਚੱਕ ਕੇ ਤੇ ਉਹਦਾ ਝੂਠਾ ਪੁੱਲਸ ਮੁਕਾਬਲਾ ਆ ਕੇ ਤੇ ਉਹਨੂੰ ਖੜਕੂ ਕਹਿ ਕੇ ਉਹ ਵੀ ਐਕਸਪੀਰੀਅੰਸ ਹੋ ਗਈ ਉਹ ਵੀ ਨਾ ਲਾ ਪਤਾ ਹੋ ਗਿਆ ਜੀ ਇਹ ਸਾਡੀਆਂ ਘਟਨਾਵਾਂ ਠੀਕ ਹੈ ਅਸੀਂ ਜਿਹੜੀ ਬੈਕਗ੍ਰਾਉਂਡ ਹੁੰਦੀ ਉਹਨੂੰ ਛੱਡਣਾ ਨਹੀਂ ਚਾਹੀਦਾ ਬਿਲਕੁਲ ਠੀਕ ਹੈ ਮੇਰੀ ਵੀ ਬੈਕਗ੍ਰਾਉਂਡ ਇਸ ਕੇਸਾਂ ਦੇ ਸੱਟੇ ਹੀ ਆ ਖਾਲਸਾ ਸਾਹਿਬ ਦੀ ਇਸ਼ਾਦਤ ਵੀ ਇਹਨਾਂ ਕੇਸਾਂ ਕਰਕੇ ਹੀ ਆ ਜੀ ਪਰ ਹੁਣ ਜੇ ਅਸੀਂ ਅੱਗੇ ਵਧਣਾ ਹੈ ਤੇ ਫੇਰ ਸਾਨੂੰ ਇਹਨਾਂ ਪੋਲੀਟੀਕਲ ਲੋਕਾਂ ਨੂੰ ਸਮਝਾਉਣ ਲਈ ਤੇ ਇੱਕ ਸਿੰਬੋਲਿਕ ਹੀ ਹੁੰਦਾ ਹੈ ਮੇਰੇ ਹਿਸਾਬ ਨਾਲ ਵੀ ਜੇ ਆਵਾਜ਼ ਉੱਥੇ ਜਾਂਦੀ ਹੈ ਤਾਂ ਇਹ ਕੰਨ ਹੋ ਜਾਣਗੇ ਦਿੱਲੀ ਤਖਤ ਨੂੰ ਜੀ ਸੋ ਬੀਬੀ ਜੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਲਈਏ ਆਪਾਂ ਸ਼੍ਰੋਮਣੀ ਅਕਾਲੀ ਦਲ ਦਾ ਬਿਲਕੁਲ ਸਾਫ਼ ਹੈ ਸਭ ਦੇ ਸਾਹਮਣੇ ਹੈ ਸਾਥ ਨਹੀਂ ਮਿਲਿਆ ਹੈਗਾ ਉਹਨਾਂ ਨੇ ਧੋਖਾ ਦਿੱਤਾ 1995 ਦੇ ਵਿੱਚ ਮੈਨੀਫੈਸਟੋ ਦੇ ਵਿੱਚ ਪਾ ਕੇ ਇਹ ਗੱਲਾਂ ਉਸ ਤੋਂ ਬਾਅਦ ਭੁੱਲ ਜਾਣ ਲਈ ਕਿਹਾ ਅਕਾਲ ਤਖਤ ਸਾਹਿਬ ਵੱਲੋਂ ਅੱਜ ਤੱਕ ਕਦੇ ਤੁਹਾਨੂੰ ਕੋਈ ਸਨਮਾਨ ਜਾਂ ਪਾਈ ਖਾਲੜਾ ਨੂੰ ਕਦੇ ਕੋਈ ਸਨਮਾਨ ਪੁਰਸਕਾਰ ਕੁਝ ਆਵਾਜ਼ ਆਈ ਉਹ ਮစ္ਚਦ ਨੂੰ ਅੱਗੇ ਵੀ ਦੱਸਿਆ ਕਿ ਉਹਨਾਂ ਨੇ ਚੁੱਪਚੀ ਭਲਾ ਸਮਝਿਆ ਕਦੇ ਵੀ ਸਰਦਾਰ ਜਸਵੰਤ ਸਿੰਘ ਦੇ ਨਾਂ ਤੇ ਕਦੇ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਜੀ ਇਕੱਲੀ ਸਰਕਾਰ ਨੇ ਤਾਂ ਕਦੇ ਗੱਲ ਹੀ ਨਹੀਂ ਕੀਤੀ ਹਾਂ ਸਰਦਾਰ ਜਥੇਦਾਰ ਡੋੜਾ ਸਾਹਮਣੇ ਹਾਂਜੀ ਉਦੋਂ ਪ੍ਰਧਾਨ ਸੀਗੇ ਉਹ ਸਮਝਦੇ ਸੀਗੇ ਜਸਵੰਤ ਸਿੰਘ ਦੀ ਇਸ ਗੱਲ ਕੁਰਬਾਨੀ ਨੂੰ ਕੁਰਬਾਨੀ ਨੂੰ ਉਹਨਾਂ ਨੇ ਜੈਪਕਰ ਦੇ ਵਿੱਚ ਉਹਨਾਂ ਦੀ ਫੋਟੋ ਜਿਹੜੀ ਆ ਉਹ ਸ਼ਸ਼ੋਭਤ ਕਰਾਈ ਸੀ ਜੀ ਉਹ ਅੱਜ ਉੱਥੇ ਸ਼ਸ਼ੋਭਤ ਓਕੇ ਅਕਾਲ ਤਤ ਸਾਹਿਬ ਜਿਹੜਾ ਜੈਪਕਰ ਹੈ ਕੇਂਦਰੀ ਜੈਪਕਰ ਹਾਂਜੀ ਕੇਂਦਰੀ ਜੈਪਕਰ ਜੀ ਹਾਂਜੀ ਬਾਕੀ ਹੋਰ ਕਿਸੇ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਜੀ ਚੁੱਪਚੀ ਭਲਾਈ ਸਮਝੀ ਅਸੀਂ ਤਾਂ ਚਾਹ ਨਹੀਂ ਦੇਣ ਜਵਾਬ ਸਾਡੀਆਂ ਗੱਲਾਂ ਦਾ ਪਰ ਨਹੀਂ ਉਹਨਾਂ ਨੇ ਇਧਰ ਨੂੰ ਗਦੇ ਧਿਆਨ ਨਹੀਂ ਕੀਤਾ ਤੇ ਅੱਜ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਉਹ ਜਿਹੜੇ ਬਾਬਾ ਬੋਰ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਫੇਰ ਉਹਨਾਂ ਦੀ ਜਿਹੜੀ ਸ਼ਾਂਤੀ ਅਮਨ ਇਹੋ ਜਿਹੀ ਸ਼ੂ ਉਹ ਬਾਰਨਗੇ ਹੂੰ ਵੀ ਉਹ ਭੰਗ ਹੋ ਜਾਣੀ ਆ ਪਰ ਨਹੀਂ ਉਹਨਾਂ ਦੀ ਸਮਝ ਤੇ ਉਹਨਾਂ ਨੂੰ ਸਾਰੀ ਹੈਗੀ ਆ ਭੰਗ ਨਹੀਂ ਹੋਣੀ ਜਦੋਂ ਜਸਵੰਤ ਸਿੰਘ ਦੀ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਹੀ ਸ਼ਾਂਤੀ ਹੋਈ ਆ ਜੀ ਜੀ ਸ਼ਾਂਤੀ ਬਾਅਦ ਜਿੱਤੇ ਆਉਂਦੇ ਕੀ ਰਿਜ਼ਲਟ ਨਿਕਲੇ ਪਰ ਮੈਂ ਜਾਣਦੀ ਆ ਕਿ ਜਦੋਂ ਜਸਵੰਤ ਸਿੰਘ ਦੀ ਸ਼ਹਾਦਤ ਹੋਈ ਆ ਉਸ ਤੋਂ ਬਾਅਦ ਹੀ ਸ਼ਾਂਤੀ ਹੋਈ ਆ ਤੇ ਹੁਣੇ ਸ਼ਾਂਤੀ ਦੇ ਮਸੀਹ ਬਣਦੇ ਆ ਜੇ ਅਸੀਂ ਪਤਾ ਨਹੀਂ ਕੀ ਕਰਦੇ ਹਾਂ ਤਾਂ ਕਈ ਵੀ ਇਸ ਗੱਲ ਵੀ ਕਹਿੰਦਾ ਗਿਆ ਵੀ ਮੈਂ ਪੰਜਾਬ 'ਚ ਸ਼ਾਂਤੀ ਲਿਆਂਦੀ ਆ ਪਰ ਜਿਹੜੀ ਸੁਪਰਕੌਪ ਨੇ ਉਹ ਸੁਪਰਕੌਪ ਹੈ ਉਹਨੇ ਇਹ ਸਲਾਵਾ ਲੈਂਦੀ ਬਾਹਰਲੀ ਇੱਕ ਹੋਰ ਗੱਲ ਬੜੀ ਕਿ ਪੰਜਾਬ ਨੂੰ ਇੱਕ ਲੈਬੋਰਾਟਰੀ ਵਾਂਗੂ ਵਰਤਿਆ ਗਿਆ ਜਿੱਥੇ ਜਿਹੜਾ ਕਤਲੇਆਮ ਹੋਇਆ ਨਾ ਉਹ ਇੱਕ ਲੈਬੋਰਾਟਰੀ ਵਾਂਗੂ ਟੈਸਟ ਕੀਤੇ ਗਏ ਵੀ ਜੇ ਪੰਜਾਬ 'ਚ ਐ ਹੋ ਸਕਦਾ ਤੇ ਕਸ਼ਮੀਰ 'ਚ ਵੀ ਐਵੇਂ ਕਰ ਲਓ ਜੀ ਇੱਥੇ ਨਹੀਂ ਤੇ ਕਿਸੇ ਹੋਰ ਸਟੇਟ ਚ ਲੈ ਜਾਓ ਇਹਨੂੰ ਕੇਪੀਐਸ ਗੱਲ ਤੇ ਇੱਕ ਲੈਬਾਰਟਰੀ ਟੈਸਟ ਜਿਵੇਂ ਆਪਾਂ ਕਰਾਉਨੇ ਆ ਨਾ ਇਹ ਨਹੀਂ ਹੋਇਆ ਹੈ ਇਹਨੂੰ ਇਹਨੇ ਐਵੇਂ ਲੈਬਾਰਟਰੀ ਟੈਸਟ ਵਾਂਗੂ ਕੇਪੀਐਸ ਗੱਲ ਨੂੰ ਬਾਹਰ ਲਿਆਂ ਸਟੇਟਾਂ ਨੇ ਸਲਾਹਕਾਰ ਵਜੋਂ ਉੱਥੇ ਲਿਜਾਇਆ ਗਿਆ ਪਰ ਪਰ ਵੀ ਵੀ ਜੇ ਦੇਖ ਲਈ ਜਿਸ ਤਰ੍ਹਾਂ ਸਭ ਕੁਝ ਸਾਹਮਣੇ ਹੈ ਕਿੰਨਾ ਕੁਝ ਉਹਨਾਂ ਦੇ ਰਹਿੰਦੇ ਆ ਹੋਇਆ ਪਰ ਕੋਈ ਪ੍ਰੂਫ ਨਹੀਂ ਜਾਂ ਸਿੱਧ ਹੁੰਦਾ ਹੈਗਾ ਜਾਂ ਉਹਨਾਂ ਦੀਆਂ ਸਜ਼ਾਵਾਂ ਜਿਹੜੀਆਂ ਗਲਤੀਆਂ ਨੇ ਉਹਦੀ سزا ਕੌਣ ਦੇਊਗਾ ਦੁਨੀਆ ਤੋਂ ਚਲੇ ਜਾਂਦੇ ਨੇ ਇਹੋ ਜਿਹੇ ਲੋਕ ਜੋ ਇਤਿਹਾਸ ਸਜਾ ਦਿੰਦੇ ਨੇ ਉਹ ਕੋਈ ਨਹੀਂ ਦਿੰਦਾ ਤੁਹਾਨੂੰ ਪਤਾ ਹੋਣਾ ਜੀ ਕੇ ਪੀ ਐਸ ਗਿੱਲ ਨੂੰ ਅਸੀਂ ਇੰਨਾ ਉਹਦੇ ਖਿਲਾਫ ਅਸੀਂ ਉਹਦੇ ਖਿਲਾਫ ਨਹੀਂ ਕਹਿ ਸਕਦੇ ਜੋ ਨੇ ਜ਼ੁਲਮ ਕੀਤਾ ਉਹਨੂੰ ਨੰਗਿਆਂ ਕੀਤਾ ਨੰਗਿਆਂ ਕੀਤਾ ਹਾਂ ਤੇ ਜਦੋਂ ਉਹਦੀ ਮੌਤ ਹੋਈ ਹੈ ਜੀ ਤੇ ਆਪ ਆਪਣੇ ਆਪ ਸੰਸਥਾਵਾਂ ਨਹੀਂ ਗਿਆ ਤੇ ਕੋਈ ਉਹਦੇ ਭੋਗ ਤੇ ਨਾ ਜਾਵੇ ਹੂੰ ਕੋਈ ਉਹਦੀ ਅਰਦਾਸ ਤੇ ਨਾ ਜਾਵੇ ਤੇ ਉਹਨਾਂ ਨੂੰ ਗੁਰਦੁਆਰਾ ਨਹੀਂ ਮਿਲਿਆ ਜੀ ਉਹਨਾਂ ਨੇ ਕਿਸੇ ਹਾਲ ਦੇ ਵਿੱਚ ਉਹਨਾਂ ਦੀ ਫੋਟੋ ਰੱਖ ਕੇ ਤੇ ਸ਼ਰਧਾਂਜਲੀ ਦਿੱਤੀ ਹੈ ਠੀਕ ਹੈ ਇਸ ਤੋਂ ਵੱਡੀ ਸਜ਼ਾ ਕਿਤੇ ਨਹੀਂ ਮਿਲਣੀ